ਤੇਰੇ ਆਕਾ ਨੇ ਫਰਮਾਇਆ ਮਾਵਾਂ ਨੂੰ ਮੁੱਲ ਵੇਚਣ ਵਾਲਿਓ ਚਿੱਟੀ ਦਾੜੀ ਵਾਲੇ ਬਾਬੇ ਨੂੰ ਮੰਡੀਆਂ 'ਚ ਖਲਾਰ ਕੇ ਬੋਲੀਆਂ ਲਾਣ ਵਾਲਿਓ ਤੇ ਰੱਬ ਦਾ ਨਬੀ ਐਲਾਨ ਕਰਨ ਆਇਆ ਆਪਣੀ ਮਾਂ ਦੀ ਕਦਰ ਕਰਿਆ ਜੇ ਮਾਂ ਦੇ ਪੈਰਾਂ ਥੱਲੇ ਜੰਨਤ ਕੌਣ ਹੈ ਦੀਵਾਲੀ ਨਾਲ ਹੀ ਚਿੱਟੀ ਦਾੜੀ ਵਾਲੇ ਅੱਬੇ ਦੀ ਸ਼ਾਨ ਬਿਆਨ ਫਰਮਾਈ ਤੇਰੇ ਆਕਾ ਨੇ ਫਰਮਾਇਆ ਮਾਵਾਂ ਨੂੰ ਮੰਡੀਆਂ 'ਚ ਵੇਚਣ ਵਾਲਿਓ ਵਡੇਰੀ ਮਾਂ ਦਾ ਹਯਾ ਕਰਿਓ ਕੌਣ ਹੈ ਦੀਵਾਲੀ ਫਰਮਾ ਰੇ ਮਾਂ ਦੇ ਪੈਰਾਂ ਥੱਲੇ ਜੰਨਤ ਜਦੋਂ ਅੱਬੂ ਦੀ ਵਾਰੀ ਆਈ ਤੇਰੇ ਆਕਾ ਫਰਮਾਇਆ ਚਿੱਟੀ ਦਾੜੀ ਵਾਲੇ ਬਾਪ ਦਾ ਹਯਾ ਕਰਿਓ ਮੈਂ ਰੱਬ ਦਾ ਨਬੀ ਐਲਾਨ ਕਰਨਾ ਜਿਹੜਾ ਨੌਜਵਾਨ ਸੁਬਾ ਉੱਠ ਕੇ ਮੁਹੱਬਤ ਦੇ ਨਾਲ ਆਪਣੇ ਬਾਪ ਦਾ ਚਿਹਰਾ ਵੇਖੇਗਾ ਮੈਂ ਰੱਬ ਦਾ ਨਬੀ ਐਲਾਨ ਪਿਆ ਕਰਨਾ ਅੱਲਾ ਮਕਬੂਲ ਹੱਜ ਦਾ ਸਵਾਬ ਅਤਾ ਕਰੇ ਤੇ ਬਿਨਾਂ ਬਾਪ ਨਾ ਮਿਲਦੀਆਂ ਰਾਵਾਂ ਤੇ ਹੁੰਦੇ ਵੀਰ ਵੀਰਾਂ ਦੀਆਂ ਪਾਵਾਂ ਕੌਣ ਹੈ ਦੀਵਾਲੀ ਤੇ ਗੁਲਾਮਾਂ ਜਿੱਦਾਂ ਪਿਓ ਮਰ ਜੇ ਜਿੱਦਾਂ ਭਰਾ ਮਰ ਜੇ ਅੱਜ ਵੀ ਸ਼ਰੀਕ ਮੇਨੇ ਮਾਰਦਾ ਏ ਇਹਨੇ ਸਾਡਾ ਕੀ ਵਿਗਾੜ ਲੈਣਾ ਇਹਦਾ ਤੇ ਆਪਾਂ ਹੀ ਕੋਈ ਨਹੀਂ ਇਹਦਾ ਤੇ ਭਰਾ ਹੀ ਕੋਈ ਨਹੀਂ ਪਤਾ ਲੱਗਿਆ ਜਿਹਦਾ ਬਾਪ ਮਰ ਜੇ ਕੱਢ ਨੰਗੀ ਹੋ ਜਾਂਦੀ ਏ ਜਿਹਦੇ ਭਰਾ ਮਰ ਜਾਣ ਉਹਦੀਆਂ ਬਾਹਾਂ ਦਾ ਜ਼ੋਰ ਮੁੱਕ ਜਾਂਦਾ ਈ ਬਾਪ ਜ਼ਿੰਦਾ ਹੋਵੇ ਪੁੱਤਰਾਂ ਦੀ ਕੱਢ ਨੰਗੀ ਨਹੀਂ ਆਉਂਦੀ ਜਿਹਦੇ ਭਰਾ ਜ਼ਿੰਦਾ ਹੋਣ ਉਹਦੀਆਂ ਬਾਹਾਂ 'ਚ ਬੜੀ ਤਾਕਤ ਤੇ ਕੁਵਤ ਆਉਂਦੀ ਆ ਇਹਨਾਂ ਰਿਸ਼ਤਿਆਂ ਦੀ ਕਦਰ ਕਰਿਆ ਜੇ ਬਿਨਾਂ ਬਾਪ ਨਾ ਮਿਲਦੀਆਂ ਰਾਵਾਂ ਤੇ ਹੁੰਦੇ ਵੀਰ ਵੀਰਾਂ ਦੀਆਂ ਪਾਵਾਂ ਉਹ ਪਰ ਮਾਵਾਂ ਆਖਰ ਮਾਵਾਂ ਲੈ ਪੜੀਏ ਲਾ ਬਿਨਾਂ ਮਾਂ ਦੇ ਸਹਾਰੇ ਔਖੇ ਨੇ ਤੇ ਬਿਨਾਂ ਬਾਪ ਕਿਨਾਰੇ ਔਖੇ ਨੇ ਇਹ ਨਾ ਬਾਜ ਗੁਜ਼ਾਰੇ ਔਖੇ ਨੇ ਪੜੀਏ ਲਾ ਇਲਾ ਅੱਜ ਦੀ ਇਹ ਪਕੀਜ਼ਾ ਮਹਿਫਿਲੇ ਮਿਲਾਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਬਰਾਦਰ ਮੁਹੰਮਦ ਹਮਜ਼ਾ ਸਾਹਿਬ ਉਹਨਾਂ ਦੀ ਸ਼ਾਦੀ ਖਾਨਾ ਆਬਾਦੀ ਦੇ ਮੌਕੇ 'ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਿਕਰ ਪਾਕ ਦੀ ਮਹਿਫਲ ਨੂੰ ਸਜਾਇਆ ਗਿਆ। ਅੱਲਾ ਕਰੀਮ ਹਜ਼ੂਰ ਦੇ ਮਿਲਾਦ ਪਾਕ ਦਾ ਸਦਕਾ ਸ਼ਾਦੀ ਦੇ ਮਾਮਲਾਤ ਦੇ ਅੰਦਰ ਆਸਾਨੀਆਂ ਪੈਦਾ ਫਰਮਾਏ ਔਰ ਬਿਲਖਸੂਸ ਮਹਿਫਲ ਪਾਕ ਨੂੰ ਬਾਈ ਮੁਹੰਮਦ ਸ਼ਾਹਿਦ ਨਸੀਰ ਸਾਹਿਬ, ਮੁਹੰਮਦ ਜ਼ਾਹਿਦ ਨਸੀਰ ਸਾਹਿਬ ਔਰ ਮੁਹੰਮਦ ਵਕਾਸ ਮਨੀਰ ਸਾਹਿਬ ਉਹਨਾਂ ਦੇ ਇਸਾਲੇ ਸਵਾਬ ਵਾਸਤੇ ਸਜਾਇਆ ਗਿਆ। ਅੱਲਾ ਕਰੀਮ ਮਿਲਾਦ ਪਾਕ ਤੋਂ ਸਦਕਾ ਜਾਣ ਵਾਲਿਆਂ ਦੀ ਕਾਮਿਲ ਬਖਸ਼ਿਸ਼ ਫਰਮਾਏ ਔਰ ਸਾਨੂੰ ਸਾਰਿਆਂ ਨੂੰ ਵੀ ਆਖਰਤ ਯਾਦ ਕਰਕੇ ਆਖਰਤ ਦੀ ਤਿਆਰੀ ਦੀ ਤੋਫੀਕ ਅਤਾ ਫਰਮਾਏ। ਮਹਿਫਲ ਪਾਕ ਦੀ ਸਦਾਰਤ ਫਰਮਾ ਰਹੇ ਪੀਰ ਤਰੀਕਤ ਰਹਿਬਰ ਸ਼ਰੀਅਤ ਸੂਫੀ ਬਾਸਫਾ ਹਜ਼ੂਰ ਕਿਬਲਾ ਬਾਬਾ ਜੀ ਮੀਆਂ ਮੁਹੰਮਦ ਸਦੀਕ ਸਾਹਿਬ ਦਾਮਦ ਬਰਕਾਤੁਮ ਉਲਾਲੀਆ ਆਪ ਮਹਿਫਲ ਪਾਕ ਦੀ ਸਦਾਰਤ ਫਰਮਾ ਰਹੇ ਆਪ ਦੇ ਨਾਲ ਨਾਲ ਸਰਪ੍ਰਸਤੀ ਹਜ਼ਰਤ ਅਲਾਮਾ ਮੌਲਾਨਾ ਹਾਫਿਜ਼ ਮੁਹੰਮਦ ਫਰੂਕ ਸਾਹਿਬ ਸਿਆਲਵੀ ਦਾਮਦ ਬਰਕਾਤੁਮ ਉਲਾਲੀਆ ਦੀਗਰ ਜਿਤਨੇ ਵੀ ਮਹਿਮਾਨਾਨੇ ਗਿਰਾਮੀ ਔਰ ਬਾਨੀਆਨ ਫੌਜੀ ਮੁਹੰਮਦ ਮੁਨੀਰ ਸਾਹਿਬ, ਫੌਜੀ ਮੁਹੰਮਦ ਸ਼ਬੀਰ ਸਾਹਿਬ, ਮੁਹੰਮਦ ਜ਼ੁਬੈਰ ਸਾਹਿਬ,
اللہ کریم سارے سنگیاں دی کاوش قبول فرما کے محفل پاک نو ساڈے واسطے نجات دا ذریعہ بنائے۔ میرے ذمے جڑا موضوع لگایا گیا اسی دے تحت میں قرآن مجید فرقان حمید دے وچوں آیا کریمہ احباب دے سامنے تلاوت کرنے دا شرف حاصل کیتا۔ اسال ثواب دی محفل اے کولوں نہیں منائی جا رہی، اسال ثواب کرنا اللہ دے قرآن تو ثابت ہے، مصطفیٰ کریم دے فرمان تو ثابت ہے۔ شرح صدور دے اندر علامہ جلال الدین سیوطی رحمت اللہ علیہ آپ نے بڑی محبت دی بات نقل فرمائی۔ آپ ارشاد فرما دینے قیامت دا دن ہوئے گا کچھ لوگ ایسے قبراں چ اٹھائے جان گے جڑے مرے سن تے گناہگار سن، تے قیامت دے دن نیکیاں دے پہاڑ لے کے اٹھن گے۔ عرض کیتی کہ یا رسول اللہ صلی اللہ علیہ وسلم، بندے مریا گناہگار تے نیکیاں دے پہاڑ کتھوں آئے؟ نبی پاک صلی اللہ علیہ وسلم نے ارشاد فرمایا کہ انہاں دے گھر والے، انہاں دے اہل و عیال والے جڑا پڑھ کے ہاتھ چک کے انہاں واسطے دعا کرن گے، اللہ کریم ساریاں نیکیاں اپنی بارگاہ چ جمع فرمائے گا۔ جدو قیامت نو حساب و کتاب دا ویلا آئے گا، وہ پڑھیا قرآن تے منگی دعا مرن والے واسطے نیکیاں دے پہاڑ بن جان گے۔ یعنی کہ جان والے نو مرن تو بعد بھی قبر چ فائدہ ہے۔ لفظ اسحال دا معنی ہوندا ہے پہنچانا، تے ثواب کہندے نے نیکی نو، اسالے ثواب دا مطلب ہوندا ہے نیکی پہنچانا۔ ہن سوال ہی پیدا ہوندا ہے کہ نیکی پہنچ دیئے کہ نہیں پہنچ دی۔ مشکات شریف دے اندر حدیث پاک نبی پاک صلی اللہ علیہ وسلم نے ارشاد فرمایا جدو میت نو قبر دے وچ رکھیا جائے تے میت قبر دے اندر ہاتھ پیر مار دیئے، انج مار دیئے کہ جویں کوئی بندہ نہر وچ یا دریا چ ڈبدا ہوئے تے ہاتھ پیر ماردا ہے کوئی جڑا مینوں بچا لوے۔ میرے آقا فرمایا میت تے بھی قبر چ یہی حال ہوندا ہے کہ میت ڈبدے فریادی وانگ ہاتھ پیر مار دیئے۔ عرض کیتی یا رسول اللہ، مرن والے نو قبر وچ سکون کدوں ملدا ہے؟ نبی پاک فرمایا جدوں انہاں دے گھر والے ہاتھ چک کے انہاں واسطے دعا کردے نے تے میت نو قبر وچ سکون نصیب ہو جاندا ہے۔ یعنی جان والے واسطے منگی دعا اے باعث نجات ہے، اودی بخشش دا سامان ہے۔ تو اج اسیں جڑے انہاں دے گھر والے، اہل و عیال والے، رشتہ دار، عزیز و اقربا دنیا تو چلے گئے، انہاں دے اسال ثواب واسطے جمع ہاں، تو عظمت والدین دے حوالے نال بھی گفتگو دا حکم ہے۔ قرآن مجید دی میں آیا کریمہ احباب دے سامنے تلاوت کیتی ہے۔ خالق کائنات نے ارشاد فرمایا وقضا ربک الا تعبدوا الا اياه وبالوالدین احسانا، اللہ فرماتا ہے میں تہاڈا رب، تہاڈا پالن والا، تہانوں ایک وصیت کرنا، اللہ فرمائے عبادت جدوں بھی کرنی ہے میری ہی کریو۔ نال ہی خالق کائنات نے ایک حکم ارشاد فرمایا، اللہ فرمائے میری عبادت تو بعد جڑا سب تو پہلا کام ہے وبالوالدین احسانا، اپنے والدین دے نال حسن سلوک کرنا ہے۔ قرآن دی اس آیا کریمہ دے اندر خالق کائنات نے وبالوالدین کہہ کے ماں دا ذکر بھی کیتا ہے تے باپ دا ذکر بھی کیتا ہے۔ ہن سوال یہ پیدا ہوندا ہے، اج دا نوجوان صرف ماں دی شان سن کے راضی ہے، ماں دا مقام سن کے راضی ہے؟ میں ماں دی شان دا انکار نہیں کردا، پر نوجوان نو میسج تے پیغام دینا چاہنا بھائی، جتھے ماں دی شان سن کے راضی ہونا ہے اتھے چٹی داڑی والے پیو دی شان سن کے بھی راضی ہویا کر، کیونکہ قرآن کہندا وا بالوالدین، ماں نال بھی پیار کرو تے باپ نال دوواں نال پیار دا حکم ہے، اللہ دے قرآن نے دیتا ہے۔ ہن سوال اے وے کہ پیار جیوندیاں نہ کری دے کہ مویاں نال؟ ادھر تسی بھی تھوڑی زبان لاؤ نا، پیار کری دے جیوندیاں نال، پر ساڈے معاشرے دے اندر مرنا پیندا پیار کرانا واسطے۔ ماں زندہ ہوئے اولاد نہیں پوچھدی، باپ زندہ ہوئے اولاد نہیں پوچھدی، ماں باپ دنیا تو چلے جان سارے بھنا بھرا کٹھے ہو کے بہ جاندے ہیں، ابے دا ساتھ ہے، ماں دا ساتھ ہے، ابے دا چیلم ہے، ماں دا چیلم ہے، کی کرنا ہے؟ ایک بولیا بھی دے گا، دوجا بولیا تری دے گا، کیوں جی فلانے چودھری صاحب دی اما دا وصال ہویا سی تے چودھری صاحب نے بھی دے گا پکائیاں نے، میں وڈا چودھری ہاں، میں 30 دے گا پکانی ہیں، میں 20 تے 30 دے گا پکان والے چودھری نو سوال کرنا چاہنا، جدوں ماں پے زندہ سن انہاں دیاں ضرورتاں پوریاں کیتیاں کہ نہیں کیتیاں؟ جے زندگی چ ماپیاں دیاں ضرورتاں پوریاں نہیں کیتیاں، مرن تو بعد 30 دیاں بھاویں 40 دے گا پکا، ایک دا وی اجر نہیں ملنا، تے جے زندگی چ ماں باپ دیاں ضرورتاں پوریاں کیتیاں ہون گیاں، انہاں دے جان تو بعد پجے چنے سامنے رکھ کے درود پڑھے گا، عرشاں دا خدا بھی راضی ہو جائے گا، مدینے والا مصطفیٰ بھی راضی ہو جائے گا۔ پہلے زندہ والدین دی قدر کیتی جائے۔ حضرت پیر نصیر الدین نصیر دی روح تڑپ گئی، آپ نے ساڈے ضمیراں نوں جوڑیا تے پیر نصیر الدین فرما دے نے بے قدراں کچھ قدر نہیں کیتی تے
ਅਸਾਂ ਕੀਤੀ ਖੂਬ ਇਹ ਤਸੱਲੀ ਹੋ ਦੁਨੀਆਦਾਰ ਇਹ ਪੁਜਾਰੀ ਸਰ ਦੇ ਇਹ ਕੁੱਤਿਆਂ ਦੇ ਗੱਲ ਇਹ ਤੱਲੀ ਬੁੱਕ ਬੁੱਕ ਅਥਰੂ ਰੋ ਸਣ ਅੱਖੀਆਂ ਤੇ ਪਿੱਛੇ ਵੇਖ ਹਵੇਲੀ ਇੱਕ ਲੀ ਕੁਛ ਨਸੀਬ ਅਸਾਂ ਜਦ ਕੀਤਾ ਇੱਥੇ ਪੈ ਜਾ ਸੀ ਥੜ ਥਲ ਜੇ ਬਾਪ ਜ਼ਿੰਦਾ ਤੇ ਬਾਪ ਦਾ ਅਦਬ ਕਰਿਆ ਜੇ ਆ ਤੈਨੂੰ ਮੈਂ ਨਬੀ ਕਰੀਮ ਦੀ ਬਾਰਗਾਹ ਚ ਲੈ ਜਾਵਾਂ ਮਾਂ ਦਾ ਮੁਕਾਮ ਮਦੀਨੇ ਦੇ ਤਾਜਦਾਰ ਨੇ ਬਿਆਨ ਫਰਮਾਇਆ ਚਿੱਟੀ ਦਾੜੀ ਵਾਲੇ ਅੱਬੇ ਦਾ ਮੁਕਾਮ ਤੇਰੇ ਤੇ ਮੇਰੇ ਨਬੀ ਨੇ ਬਿਆਨ ਫਰਮਾਇਆ ਤਰੀਕੇ ਮੱਕਾ ਦਾ ਮੁਤਾਲਾ ਕਰਿਆ ਕੌਣ ਹੈ ਤੇ ਬਾਜੀ ਦੇ ਗੁਲਾਮਾਂ ਮੱਕੇ ਦੇ ਅੰਦਰ ਇੱਕ ਮੰਡੀ ਲੱਗਦੀ ਏ ਅੱਜ ਸਾਡੀਆਂ ਮੰਡੀਆਂ ਦੇ ਅੰਦਰ ਲਿਆ ਕੇ ਲੋਕ ਜਾਨਵਰ ਵੇਚਦੇ ਨੇ ਉਹ ਜਿਹੜੀ ਮੱਕੇ ਸ਼ਹਿਰ ਦੇ ਅੰਦਰ ਮੰਡੀ ਲੱਗਦੀ ਰਹੀ ਏ ਉਹਦੇ ਕੀ ਵੇਚਿਆ ਜਾ ਰਿਹਾ ਜਿਹਦੀ ਮਾਂ ਮਰ ਜਾਂਦੀ ਏ ਸਗਾ ਪੁੱਤਰ ਆਪਣੇ ਅੱਬੇ ਨੂੰ ਲਿਆ ਕੇ ਮੰਡੀ 'ਚ ਆਵਾਜ਼ਾਂ ਮਾਰਦੇ ਲੋਕੋ ਮੈਂ ਆਪਣਾ ਬਾਪ ਵੇਚਣਾ ਮੇਰਾ ਬਾਪ ਖਰੀਦ ਲਓ ਜਿੱਦਾਂ ਆਪਾਂ ਮਰ ਗਿਆ ਸਗਾ ਪੁੱਤਰ ਆਪਣੀ ਮਾਂ ਨੂੰ ਮੰਡੀ 'ਚ ਲਿਆ ਕੇ ਆਵਾਜ਼ਾਂ ਮਾਰਦੇ ਲੋਕੋ ਮੈਂ ਆਪਣੀ ਮਾਂ ਵੇਚਣੀ ਏ ਮੇਰੀ ਮਾਂ ਖਰੀਦ ਲਓ ਤੇਰੇ ਤੇ ਮੇਰੇ ਨਬੀ ਨੂੰ ਪਤਾ ਲੱਗਾ ਕੌਣ ਹੈ ਤੇ ਵਾਲੀ ਚੱਲ ਕੇ ਉਸ ਮੰਡੀ ਦੇ ਅੰਦਰ ਆ ਗਏ ਤੇਰੇ ਆਕਾ ਨੇ ਫਰਮਾਇਆ ਮਾਵਾਂ ਨੂੰ ਮੁੱਲ ਵੇਚਣ ਵਾਲਿਓ ਚਿੱਟੀ ਦਾੜੀ ਵਾਲੇ ਬਾਬੇ ਨੂੰ ਮੰਡੀਆਂ 'ਚ ਖਲਾਰ ਕੇ ਬੋਲੀਆਂ ਲਾਣ ਵਾ ਦਿਓ ਮੈਂ ਰੱਬ ਦਾ ਨਬੀ ਐਲਾਨ ਕਰਨ ਆਇਆ ਆਪਣੀ ਮਾਂ ਦੀ ਕਦਰ ਕਰਿਆ ਜੇ ਮਾਂ ਦੇ ਪੈਰਾਂ ਥੱਲੇ ਜੰਨਤ ਕੌਣ ਹੈ ਦੀਵਾਲੀ ਨਾਲ ਹੀ ਚਿੱਟੀ ਦਾੜੀ ਵਾਲੇ ਅੱਬੇ ਦੀ ਸ਼ਾਨ ਬਿਆਨ ਫਰਮਾਈ ਮੇਰੇ ਆਕਾ ਨੇ ਫਰਮਾਇਆ ਮਾਵਾਂ ਨੂੰ ਮੰਡੀਆਂ 'ਚ ਵੇਚਣ ਵਾ ਦਿਓ ਵਡੇਰੀ ਮਾਂ ਦਾ ਹਯਾ ਕਰਿਓ ਕੌਣ ਹੈ ਦੀਵਾਲੀ ਫਰਮਾ ਰੇ ਮਾਂ ਦੇ ਪੈਰਾਂ ਥੱਲੇ ਜੰਨਤ ਜਦੋਂ ਅੱਬੂ ਦੀ ਵਾਰੀ ਆਈ ਮੇਰੇ ਆਕਾ ਫਰਮਾਇਆ ਚਿੱਟੀ ਦਾੜੀ ਵਾਲੇ ਬਾਪ ਦਾ ਹਯਾ ਕਰਿਓ ਮੈਂ ਰੱਬ ਦਾ ਨਬੀ ਐਲਾਨ ਕਰਨਾ ਜਿਹੜਾ ਨੌਜਵਾਨ ਸੁਬਾਹ ਉੱਠ ਕੇ ਮੁਹੱਬਤ ਦੇ ਨਾਲ ਆਪਣੇ ਬਾਪ ਦਾ ਚਿਹਰਾ ਵੇਖੇਗਾ ਮੈਂ ਰੱਬ ਦਾ ਨਬੀ ਐਲਾਨ ਪਿਆ ਕਰਨਾ ਅੱਲਾ ਮਕਬੂਲ ਹੱਜ ਦਾ ਸਵਾਬ ਅਤਾ ਕਰੇ ਮਾਂ ਦੇ ਪੈਰਾਂ ਥੱਲੇ ਜੰਨਤ ਤੇ ਮੇਰੇ ਆਕਾ ਫਰਮਾਇਆ ਬਾਪ ਦਾ ਚਿਹਰਾ ਵੇਖੋ ਤੇ ਅੱਲਾ ਮਕਬੂਲ ਹਾਜ ਦਾ ਸਵਾਬ ਅਤਾ ਫਰਮਾਏਗਾ ਅਰਜ਼ ਕੀਤੀ ਯਾ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ ਜਿਹੜਾ ਇੱਕ ਵਾਰ ਬਾਪ ਦਾ ਚਿਹਰਾ ਵੇਖੇ ਇੱਕ ਹੱਜ ਦਾ ਸਵਾਬ ਜਿਹੜਾ ਦੋ ਵਾਰ ਵੇਖੇ ਮੇਰੇ ਆਕਾ ਫਰਮਾਉਂਦੇ ਨੇ ਦੋ ਹੱਜਾਂ ਦਾ ਸਵਾਬ ਕਮਲੀ ਵਾਲਾ ਜਿਹੜਾ ਤਿੰਨ ਵਾਰ ਵੇਖੇ ਮੁਸਤਫਾ ਕਰੀਮ ਨੇ ਫਰਮਾਇਆ ਤਿੰਨ ਹੱਜਾਂ ਦਾ ਸਵਾਬ ਮੇਰੇ ਆਕਾ ਫਰਮਾਇਆ ਰੱਬ ਦੀ ਬਾਰਗਾਹ ਮੁੱਖ ਦੀ ਗੱਲ ਮੁਕਾਵਾਂ ਅੱਲਾ ਦੀ ਬਾਰਗਾਹ ਵਿੱਚ ਕਮੀ ਤਾਂ ਹੈ ਹੀ ਨਹੀਂ ਨਾ ਜਿਹੜਾ ਸੌ ਵਾਰ ਵੀ ਮੁਹੱਬਤ ਨਾਲ ਬਾਪ ਦਾ ਚਿਹਰਾ ਵੇਖੇਗਾ ਅੱਲਾ ਸੌ ਮਕਬੂਲ ਹੱਜ ਦਾ ਸਵਾਬ ਅਤਾ ਫਰਮਾ ਦੇਵੇ ਉਹ ਬੋਲੋ ਤਾਂ ਸਹੀ ਯਾਰ ਸੁਭਾਨ ਅੱਲਾ ਜਿਹੜਾ ਸੌ ਵਾਰ ਮੁਹੱਬਤ ਨਾਲ ਬਾਪ ਦਾ ਚਿਹਰਾ ਤੱਕੇ ਅੱਲਾ ਸੌ ਮਕਬੂਲ ਹੱਜ ਦਾ ਸਵਾਬ ਅਤਾ ਫਰਮਾਏਗਾ ਮੇਰੇ ਆਕਾ ਫਰਮਾ ਰਹੇ ਮਾਂ ਦੇ ਪੈਰਾਂ ਥੱਲੇ ਜੰਨਤ ਬਾਪ ਦਾ ਚਿਹਰਾ ਵੇਖ ਅੱਲਾ ਮਕਬੂਲ ਹੱਜ ਦਾ ਸਵਾਬ ਦੇਵੇਗਾ ਪਰ ਸਾਹਿਬਾ ਇੱਥੇ ਜਾ ਕੇ ਉਹਨੂੰ ਪੁੱਛ ਨਾ ਜਿਹਦੇ ਵਿਹੜੇ 'ਚ ਮਾਂ ਕੋਈ ਨਹੀਂ ਜਿਹਦੇ ਵਿਹੜੇ 'ਚ ਬਾਪ ਕੋਈ ਨਹੀਂ ਇਹ ਜਿਹਨੂੰ ਲੱਗੀ ਹੋਵੇ ਉਹ ਹੀ ਜਾਣਦਾ ਜਿਹਦਾ ਕੋਈ ਵਿਛੜਿਆ ਹੋਵੇ ਉਹ ਜਾਣਦਾ ਕਿ ਵਿਛੋੜੇ ਦਾ ਰੰਗ ਕੀ ਏ ਹਜ਼ਰਤ ਸਖੀ ਸੁਲਤਾਨੇ ਬਾਹੂ ਨੇ ਕਲਮ ਚੁੱਕਿਆ ਤੋ ਆਪ ਨੇ ਵਿਛੋੜੇ ਦਾ ਤਦਕਰਾ ਫਰਮਾਇਆ ਤੋ ਆਦਿਮਾਂ ਦੇ ਸੁਲਤਾਨ ਫਰਮਾਉਂਦੇ ਨੇ ਜੀ ਮਜੂ ਦੇ ਕੀ ਜਾਣਨ ਸਾਰ ਮੋਇਆ ਦੀ ਇਹਦੇ ਉਹ ਜਾਣੇ ਜੋ ਮਰਦਾ
ਰੂਵੇਕ ਵੀ ਛੋਲਾ ਕੇ ਪਾ ਪਿਓ ਪਾਇਆ ਇਹਤੇ ਦੂਜਾ ਅਜ਼ਾਬ ਕਬਰ ਜਿਹੜਾ ਵਿੱਚ ਹਯਾਤੀ ਮਰਦਾ ਕੌਣ ਦੇ ਵਾਲੀ ਨੇ ਬਾਪ ਦੀ ਅਜ਼ਮਤ ਨੂੰ ਬਿਆਨ ਫਰਮਾਇਆ ਅੱਜ ਲੋਕ ਹੱਜ ਤੇ ਜਾ ਰਹੇ 30-40 ਲੱਖ ਰੁਪਈਆ ਲਾ ਕੇ ਕੌਣ ਦੇ ਵਾਲੀ ਦੇ ਗੁਲਾਮ ਹੱਜ ਦਾ ਇਰਾਦਾ ਬਣਾ ਕੇ ਹੱਜ ਲਈ ਜਾ ਰਹੇ ਕੋਈ ਜਾ ਕੇ ਖਾਨੇ ਕਾਬੇ ਦੇ ਚੱਕਰ ਲਾ ਰਿਹਾ ਦੁਆ ਮੰਗ ਰਹੇ ਰੱਬਾ ਰਾਜ਼ੀ ਹੋ ਕੋਈ ਸਪਾ ਬਰਵਾ ਦੇ ਚੱਕਰ ਲਾ ਕੇ ਦੁਆਵਾਂ ਕਰਦਾ ਯਾ ਅੱਲਾ ਰਾਜ਼ੀ ਹੋ ਜਾ ਕੋਈ ਹਕੀਮੇ ਕਾਬਾ ਚਲਾਉਂਦਾ ਯਾ ਅੱਲਾ ਰਾਜ਼ੀ ਹੋ ਜਾ 30-40 ਲੱਖ ਰੁਪਈਆ ਲਾ ਕੇ ਹਾਜੀ ਹੱਜ ਕਰਕੇ ਵਾਪਿਸ ਆ ਜੇ ਏਅਰਪੋਰਟ ਤੇ ਜਾ ਕੇ ਹਾਜੀ ਨੂੰ ਸੀਨੇ ਨਾਲ ਲਾਇਆ ਜੇ ਆਖਿਆ ਜੇ ਹਾਜੀ ਮੁਬਾਰਕ ਹੋਵੇ ਅੱਲਾ ਦੇ ਘਰ ਦਾ ਤਵਾਬ ਕਰਕੇ ਆ ਰਿਹਾ ਸਫਾ ਮਰਬਾ ਦੇ ਚੱਕਰ ਲਾ ਕੇ ਆਏ ਅੱਜ 30 ਲੱਖ ਰੁਪਈਆ ਲਾ ਕੇ ਹੱਜ ਕਰਕੇ ਵਾਪਿਸ ਆ ਰਹੇ ਲਿਆ ਉਹ ਗਰੰਟੀ ਕਾਰਡ ਦੇ ਜਿਹੜਾ ਤੈਨੂੰ ਸਾਊਦੀ ਅਰਬ ਵਾਲਿਆ ਦਿੱਤਾ ਕਿ ਤੇਰਾ ਹੱਜ ਕਬੂਲ ਹੋ ਗਿਆ ਏ ਹੱਜ ਕੀਤਾ ਤੇਰੇ ਤੇ ਅੱਲਾ ਰਾਜ਼ੀ ਹੋ ਗਿਆ ਹਾਜੀ ਸੋਚੀ ਪੈ ਜਾਏਗਾ ਸਪਾ ਮਰਮਾ ਦੇ ਚੱਕਰ ਲਾ ਕੇ ਅੱਲਾ ਦੀਆਂ ਰਜ਼ਾਵਾਂ ਮੰਗਦਾ ਰਿਹਾ ਮੁਕਾਮੇ ਇਬਰਾਹੀਮ ਤੇ ਨਫਲ ਪੜ ਕੇ ਅੱਲਾ ਦੀਆਂ ਰਜ਼ਾਵਾਂ ਮੰਗਦਾ ਰਿਹਾ ਉਹ ਕਦੇ ਕਾਬੇ ਦੇ ਚੱਕਰ ਲਾਉਂਦਾ ਰਿਹਾ ਅੱਲਾ ਦੀ ਰਜ਼ਾ ਮੰਗਦਾ ਰਿਹਾ ਹਾਜੀ ਕੋਲ ਗਰੰਟੀ ਨੀ ਮੇਰੇ ਤੇ ਅੱਲਾ ਰਾਜ਼ੀ ਹੋਇਆ ਕਿ ਨਹੀਂ ਹੋਇਆ ਕੌਣ ਹੈ ਤੇ ਬਾਦੀ ਫਰਮਾਇਆ ਆ ਤੈਨੂੰ ਮੈਂ ਦੱਸਾਂ ਰੱਬ ਕਿਵੇਂ ਰਾਜ਼ੀ ਹੁੰਦਾ ਅਰਦ ਕੀਤੀ ਕਮਲੀ ਵਾਲਿਆ ਰੱਬ ਕਿਵੇਂ ਰਾਜ਼ੀ ਹੈ ਕੌਣ ਹੈ ਤੇ ਬਾਦੀ ਨੇ ਫਰਮਾਇਆ ਸੁਬਾ ਉੱਠ ਕੇ ਚਿੱਟੀ ਤਾੜੀ ਵਾਲੇ ਪਾਪ ਦਾ ਚਿਹਰਾ ਵੇਖ ਲੈ ਜੇ ਤੇਰਾ ਅੱਬਾ ਰਾਜ਼ੀ ਹੈ ਸਮਝੀ ਅੱਲਾ ਵੀ ਰਾਜ਼ੀ ਰੁਪਈਆ ਲਾ ਕੇ ਹਾਜੀ ਹੱਜ ਕਰਕੇ ਵਾਪਿਸ ਆਏ ਪਰ ਹਾਜੀ ਕੋਲ ਗਰੰਟੀ ਨਹੀਂ ਕਿ ਮੇਰੇ ਤੇ ਅੱਲਾ ਰਾਜ਼ੀ ਹੈ ਕਿ ਨਹੀਂ ਰਾਜ਼ੀ ਪਰ ਮਦੀਨੇ ਦੇ ਤਾਰਦਾਰ ਨੇ ਗਰੰਟੀਆਂ ਇਰਸ਼ਾਦ ਫਰਮਾ ਦਿੱਤੀਆਂ ਮੇਰੇ ਆਕਾ ਗਰੰਟੀ ਦੇ ਦਿੱਤੀ ਹਜ਼ੂਰ ਫਰਮਾਇਆ ਸਵੇਰ ਉੱਠ ਕੇ ਚਿੱਟੀ ਦਾੜੀ ਵਾਲੇ ਬਾਪ ਦਾ ਚਿਹਰਾ ਵੇਖ ਜੇ ਤੇਰੇ ਤੇ ਅੱਬਾ ਰਾਜ਼ੀ ਹੈ ਤੇ ਸਮਝੀ ਅੱਲਾ ਵੀ ਉਹ ਬੋਲੋ ਤੇ ਸਹੀ ਅੱਲਾ ਵੀ ਮਾਪੇ ਰਾਜ਼ੀ ਨੇ ਤੇ ਰੱਬ ਰਾਜ਼ੀ ਨੇ ਜਿਹਦੀ ਮਾਂ ਰਾਜ਼ੀ ਹੈ ਉਹਦੇ ਤੇ ਅੱਲਾ ਰਾਜ਼ੀ ਹੈ ਜਿਹਦਾ ਬਾਪ ਰਾਜ਼ੀ ਹੈ ਉਹਦੇ ਤੇ ਅੱਲਾ ਰਾਜ਼ੀ ਹੈ ਉਹ ਆਪਣੇ ਮਾਪਿਆਂ ਨਾਲ ਦਾ ਪਿਆਰ ਕੋਈ ਨਹੀਂ ਕਰਦਾ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੇ ਮਾਵਾਂ ਨਾਲ ਪਿਆਰ ਕਰਕੇ ਜ਼ਮਾਨੇ ਨੂੰ ਸਬਕ ਦਿੱਤਾ ਕਿ ਮਾਪਿਆਂ ਨਾਲ ਪਿਆਰ ਕਿਵੇਂ ਕਰੀਦਾ ਹੈ ਮਦੀਨਾ ਸ਼ਹਿਰ ਤੇ ਮਦੀਨਾ ਤਯਬਾ ਦੇ ਅੰਦਰ ਇੱਕ ਮਾਈ ਫੋਤ ਹੋ ਗਈ ਨਬੀ ਪਾਕ ਦੀ ਬਾਰਗਾਹ 'ਚ ਪੈਗਾਮ ਆਇਆ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਫੁਲਾਂ ਮਾਈ ਫੋਤ ਹੋ ਗਈ ਹੈ ਨਬੀ ਪਾਕ ਨੇ ਜਦੋਂ ਸੁਣਿਆ ਨਾ ਮਾਈ ਦੀ ਰੂਹ ਨਿਕਲ ਗਈ ਹੈ ਅਤੇ ਮੇਰੇ ਨਬੀ ਦੀਆਂ ਅੱਖਾਂ 'ਚੋਂ ਅੱਥਰੂ ਆ ਗਏ ਅਤੇ ਹਜ਼ੂਰ ਫਰਮਾਦੇ ਨੇ ਸਹਾਬਾ ਜੀ ਯਾ ਰਸੂਲ ਅੱਲਾਹ ਮੇਰੇ ਆਕਾ ਫਰਮਾਇਆ ਚਲੋ ਸਹਾਬਾ ਜਾ ਕੇ ਨਾ ਮਾਈ ਦੀ ਕਬਰ ਬਣਾ ਕੇ ਆਈਏ ਇਮਾਨਦਾਰੀ ਨਾਲ ਦੱਸੋ ਉਹ ਮਾਈ ਦੇ ਨਸੀਬਾਂ ਤੋਂ ਦੋ ਜੱਗ ਕੁਰਬਾਨ ਨਾ ਕਰਾਂ ਜਿਹਦੀ ਕਬਰ ਕਮਲੀ ਵਾਲੇ ਬਣਾ ਰਹੇ ਉਸ ਮਾਈ ਦੇ ਮੁਕੱਦਰਾਂ ਨੂੰ ਸਲਾਮ ਕਰੀਏ ਜਿਸ ਮਾਈ ਦੀ ਕਬਰ ਕਮਲੀ ਵਾਲੇ ਬਣਾ ਰਹੇ ਮੇਰੇ ਆਕਾ ਫਰਮਾਇਆ ਸਹਾਬਾ ਚਲੋ ਮਾਈ ਦੀ ਕਬਰ ਬਣਾ ਕੇ ਆਈਏ ਸਹਾਬਾ ਨਬੀ ਪਾਕ ਦੇ ਨਾਲ ਗਏ ਨਾ ਅਤੇ ਜਾ ਕੇ ਕਮਲੀ ਵਾਲੇ ਆਕਾ ਸਹਾਬਾ ਦੇ ਨਾਲ ਮਾਈ ਦੀ ਕਬਰ ਬਣਾ ਰਹੇ ਜਦੋਂ ਮਾਈ ਦੀ ਕਬਰ ਬਣ ਗਈ ਨਾ ਅੱਜ ਕੌਣ ਪੁੱਤਰ ਹੈ ਜਿਹੜਾ ਮਾਂ ਦੀ ਕਬਰ ਦੇ ਵਿੱਚ ਲੇਟੇ ਜਦੋਂ ਮਾਈ ਦੀ ਕਬਰ ਤਿਆਰ ਹੋਈ ਨਬੀ ਕਰੀਮ ਮਾਈ ਦੀ ਕਬਰ 'ਚ ਲੇਟ ਗਏ ਮੇਰੇ ਆਕਾ ਫਰਮਾਇਆ ਸਹਾਬਾ ਕਬਰ ਹੋਰ ਕੁਸ਼ਾਦਾ ਕੀਤੀ ਜਾਏ ਜਦੋਂ ਗੁਸਲ ਅਤੇ ਕਫਨ ਦਾ ਵੇਲਾ ਆਇਆ ਨਾ ਅਤੇ ਨਬੀ ਪਾਕ ਦੀ ਬਾਰਗਾਹ 'ਚ ਪੈਗਾਮ ਆਇਆ ਕੌਣ ਹੈ ਦੀਵਾਲੀ ਦੇ ਗੁਲਾਮੋ ਮੇਰੇ ਨਬੀ ਦੀ ਬਾਰਗਾਹ 'ਚ ਪੈਗਾਮ ਆਇਆ ਕੀਤੀ ਕਮਲੀ ਵਾਲਿਆ ਮਾਈ ਨੂੰ ਗੁਸਲ ਦੇ ਕਫਨ ਦਾ ਵੇਲਾ ਆ ਗਿਆ ਮੇਰੇ ਆਕਾ ਦੀਆਂ ਅੱਖਾਂ 'ਚ ਅੱਥਰੂ ਜਾਰੀ ਨੇ ਕੌਣ ਹੈ ਦੀਵਾਲੀ ਨੇ ਆਪਣੀ ਕਮੀਜ਼ ਮੁਬਾਰਕ ਜਾਂ ਕਮੀਜ਼ ਮੁਬਾਰਕ ਦਾ ਟੁਕੜਾ ਜਾਂ ਤਾਂ ਕੀਤਾ ਮੇਰੇ ਆਕਾ ਫਰਮਾਇਆ ਸਹਾਬਾ ਮੁਹੰਮਦ ਦੀ ਕਮੀਜ਼ ਲੈ ਜਾਓ ਮਾਈ ਨੂੰ ਕਫਨ ਦੇ ਨਾਲ ਨਾਲ ਮੈਂ
मोहम्मद दी कमीज भी पुवा दिया। मेरे नबी दी कमीज मुबारक या कमीज मुबारक दा टुकड़ा लेके जदों माई नूं गुसल करा दिता, मेरे नबी दी कमीज मुबारक दा टुकड़ा भी नाल रखिया। मदीने दी गली च माई दा जनाजा जा रहा, नबी करीम माई दे जनाजे दे नाल नाल जा रहे। अज किसे दा बाप मर जाए ओदा पीर जनाजे ते आ जाए, सारी बरादरी वाले फखर कर दे ने यारा साडा अबू मरिया सी साडा पीर जनाजे ते आया सी। किसे दी मां मर जाए ओदा उस्ताद जनाजे ते आ जाए, वो सारी बरादरी च फखर करदा है। मेरी मां मर गई जनादा मेरे उस्ताद ने पढ़ाया सी, वो समाई दे मुकद्दरा नु सलाम करा जिदे जनाजे दे नाल मेरे नबी जा रहे। मेरे आका ने माई दा जनादा भी आप पढ़ाया, जो जनादा पढ़िया गया नबी करीम माई दी कबर च खड़े ने। मेरे आका फरमाया सहाबा मैं माई नु हथी कबर दे अंदर ही उतार देवा। जो माई नु कबर च रखिया कबर ते मट्टी पाके मेरे नबी रोई जा रहे। सहाबा अर्ज कीती कमली वाले अज मरन वाली ते बड़ा एहसान कीता ई, कमली वाले जनादा भी आप पढ़ाई, ये समाई दी कबर भी आप बनाई है, ये समाई नू कफन दे अंदर अपनी कमीज दा टुकड़ा भी अता कीता ई। हुण सारे हैरान होए माई कौन है, ए माई कोई आम माई नहीं, अबू तालब दी बीवी है, मौला अली दी अम्मी है। ए माई जनाबे मौला अली पाक दी अम्मी लगदी है। मेरे नबी ने माई दा जनादा भी पढ़ाया, मेरे आका ने अपनी कमीज मुबारक दा टुकड़ा भी अदा कीता। मेरे नबी कबर ते रो रहे, मेरे आका फरमाया सहाबा नाना मैं मरन वाली ते एहसान नहीं कीता, अज मैं माई दे एहसाना दा बदला अदा कीता। अर्द कीती कमली वाले माई केड़े एहसान करदी रही है, मेरे आका फरमाया जदों मैं मुहम्मद ने नबूवत दा ऐलान कीता इन्हां काफिरां जादूगर भी आखिया, इन्हां काफिरां मैं मुहम्मद नूं दीवाना भी आखिया। जदों मक्के दे काफर मैनूं पत्थर मार दे रहे, मेरा खून वगदा रहा, अज पुत्र दुखी होना मावा तसलियां दे दियां ने, अज पुत्र दुखी होना मावा सीने लादियां ने। फरमाया जदों मंगे दे काफर मार दे रहे, मैं मुहम्मद दा खून वगदा रहा, उस वेले हौसले देण वाली मेरी मां कोई नहीं, मैं दुनिया दा सताया मुहम्मद घर आउंदा रहा। उस वेले मेरी चाची मैनूं सीने ला के कहंदी सी कमली वाले फिक्र करन दी लोड़ कोई नहीं, सारा जग तेरे खिलाफ हो जाए, मैं तेरी चाची तेरे नाल। मेरी चाची सीने ला के दुआ करती रही है, ये चाची ना प्यार करके कमली वाले जग नूं दस्या जे मां मर जाए ते जे चाची भी होवे जेरी मामा वाला प्यार करे, मां दे जान तो बाद फिर ओदा भी हक बन दे के तुसी ओदी भी कदर करो। मेरे आका फरमाया जदों दुनिया दा सताया मुहम्मद घर आउंदा रहा, उस वेले हौसला देण वाली मेरी मां कोई नहीं, मेरा बाप कोई नहीं, उस वेले मेरी चाची मैनूं सीने ला के कहंदी सी कमली वाले की होया जे जग पत्थर मारदा है, सारा जग तेरे खिलाफ हो जाए, मैं तेरी चाची तेरे नाल हाँ। मेरे आका फिर मैं चाची मैनूं हौसला देंदी रही है, ते जे अज जनादा मैं पढ़ाया कबर मैं बनाई है ते माई नूं अपनी कमीज दा टुकड़ा दिता है, मेरे आका फिर मैं एहसान नहीं किया बल्कि माई दे एहसाना दा बदला अदा किया है। नबी पाक इन करके मापियां दी अजमत नूं बयान फरमाया। मेरे आका दी बारगाह ते एक नौजवान आ गया, या रसूल अल्लाह सल्लल्लाहु अलैहि वसल्लम बड़ा गुनाहगार हां सियाकार हां मादा माला केड़ा काम करां ते रब गुनाहां दी माफी देवेगा। मेरे आका फरमाया तेरी मां जिंदा है, या रसूल अल्लाह मेरी मां कोई नहीं। मेरे आका फरमाया तेरी मां दी भैन तेरी खाला जिंदा है, सोनिया खाला जिंदा है। मुस्तफा करीम फरमांदे ने घर जा ते खाला नूं मां समझ के अदब करी जा, रब तेरे गुनाह माफ कर देवेगा।
خالہ نو ماں سمجھ کے ادب کری جا تے اللہ تیرے گناہ معاف کر دے گا۔ این کر کے نبی کریم ماپیاں دی عظمت نو بیان فرما رہے، پر صاحبہ ایتھے اونوں پوچھی نہ جیہدے سر تو ماں دا سایہ اٹھ گیا، جیہدے سر تو باپ دا سایہ اٹھ گیا، جنہاں بھراواں دے ویر وچھڑ گئے۔ میں تے گلی گلی جا کے کو پیغام دتے بنا باپ نہ ملدی راواں نے، تے ہوندے ویر ویراں دی پاواں نے، کون ہے تے مانی تے غلام جدا پیو مر جائے جدا پرا مر جائے، آج بھی شریک میرے مار دائے انہیں ساڑا کی وگاڑ لینا، یہ دا تے اپائی کوئی نہیں، یہ دا تے پرائی کوئی نہیں، پتہ لگیا جدا باپ مر جائے کڑن کی ہو جاندی ہے، جدے پرا مر جانا دنیا باما دا زور مک جانا ہی، باپ زندہ یوں میں پتران دی کڑن کی نہیں ہو دی، جدے پرا زندہ یوں دنیا باما جی بڑی طاقت دے قوت ہو دی ہے، اینا رشتیاں دی قدر کریا جے بینا با پنا مل دی آراوانے، تے ہوتے بھی نبی کریم صلی اللہ علیہ وسلم کھول کھول کے ماں باپ دی عظمت نو بیان فرما رہے، تے ایک گل یاد رکھو، باپ دا دنیا تو چلے جانا، ماں دا دنیا تو چلے جانا، اے ویلا بس تیرے تے میرے تے نہیں آیا، اے ویلا انبیاء تے بھی آیا۔ او کاکا او چپ کرو سونیا، کچھ نہیں ہوندا، ہن نہیں بولنا میرا پتر، جہے تھوڑی چولی چھو تھے نے، پر رولا نہیں پانا، مینو سنو میں کی کہنا ہے، محفل محفل رہن دیو بھائی، ذکر رسول دی محفل ہے، دیکھو حیا تے ادب بھی ہونا چاہیے۔ ادی تھا نے گرامی ایک گل، میرے نبی ماں باپ دی عظمت نو کھول کھول کے بیان فرما رہے، تے ماں باپ دا بھی چھوڑا، یہ صرف میں تے تساں برداشت نہیں کیتا، اے ویلے نبیاں تے بھی آئے، تیرے تے میرے کریم آقا صلی اللہ علیہ وسلم اجے ماں دی گودی چ نہیں آئے، حضور دی ولادت اجے نہیں ہوئی، تے میرے نبی دے پیارے ابا جان حضرت عبداللہ دنیا تو پردہ کر گئے، حضور دے ابا جان دا وصال ہو گیا، تے 6 سال دی عمر ہے میرے تے تیرے نبی دی، مدینہ طیبہ حضور اپنی اما جان دے نال گئے، تے جدوں مدینے تو واپسی دا سفر شروع کیتا نا، ادھر مکہ دور ہے ادھر مدینہ دور ہے، رستے وچ مقام ابوا دی وادی آئی، مقام ابوا دی وادی تے نبی کریم صلی اللہ علیہ وسلم دی پیاری امی جان دے آخری وقت آ گیا، حضور دی ماں دے دنیا تو جان دا وقت آ گیا، تے مقام ابوا دی وادی تے حضرت سیدہ آمینہ بے ہوش ہو گئیاں، تے نبی کریم نے نا ماں دا سر گودی چ رکھیا، پوچھو انہاں پترا کولوں جنہاں ماں دے سر گودی چ رکھے تے ماما دی روح نکل گئی، جنہاں باپ دا سر گودی چ رکھیا تے باپ دی روح نکل گئی، زندگی گزرتی ہے وال چٹے ہو جاندے پر ماں پیا دی موت دا صدمہ یاد رہندا ہے، انسان نو ماں باپ دی موت یاد رہندی ہے، نبی پاک صلی اللہ علیہ وسلم نے ماں دا سر گودی چ رکھیا، ادھر مکہ دور ادھر مدینہ دور، رستے وچ مقام ابوا دی وادی، پنڈ اپنا نہیں پردیش دے اندر میرے نبی دی ماں
دے دنیا تو جان دا وقت آیا میرا دل کردا پہلے میں غریب الوطنی دا رنگ حضرت سخی سلطان باہو دی قلم دی نوک تے رکھاں تسا سبحان اللہ فرماؤ تے میں حضور سلطان باہو دی بارگاہ چ لے چلا بھائی انج نہیں سارے بولو سبحان اللہ عارفاں دے سلطان نے پردیسی دا رنگ بیان فرمایا تو عارفاں دے سلطان فرماندے نے چڑھ وے چنا तेरा जिक्र कर اپنے لاڈلے بیٹے دے نال گل پیاں کردیاں نے کون ہے دیوانی دے غلام سیدہ آمینہ دی آنکھاں کھلیاں میرے نبی دی ماں نے نبی کریم نو سینے لا لیا تے سینے لا کے سیدہ آمینہ کہندیاں نے پترا ذرا آخری ویلا اپنی ماں دے سینے نال لگ گیا تینوں حلیمہ وی لوریاں دیندی رہی ہے شیماں وی لوریاں دیندی رہی ہے پترا ذرا میں تیری ماں پیار کر جاواں تیرے تے میرے نبی ماں دے سینے لگ گئے سیدہ آمینہ پتر دا متا چومیا تے متا چوم کے میرے نبی دی ماں ام آمن نو آواز ماری ام آمن نو کہدیاں نے ام آمن میں تر چلی آ میرا نکا جیا لالی میرے پتر محمد دا خیال رکھنا ای میں ویکھیا جنہاں دیاں ماواں مر جاندیاں نے اولاداں ساری عمر کنداں دے نال رگ کے روندیاں نے جدی ماں مر جائے اولاداں روندیاں نے جدا باپ مر جائے ساری عمر پتر دیواراں دے نال لگ کے روندے نے تے سیدہ آمینہ کہدیاں نی ام آمن میرے محمد دا دھیان رکھی پہلے دا ابو کوئی نہیں اج میں ایدی ماں وی مر چلی اگر میرے جان تو بعد میرا پتر رویا میں آمینہ دی قبر کب جائے گی تے تیرے تے میرے نبی دی ماں نے جملے ارشاد فرمائے سیدہ آمینہ فرمایا برکت بی بی گل یاد رکھی ہر نوی چیز پرانی ہو جائے گی تو جگ فنا ہو جان گے جیڑا بندہ بھی دنیا تے آیا دنیا چھڈ کے چلا جائے گا پر میں آمینہ مر کے بھی زندہ رواں امی آمن نے عرض کی تھی سیدہ تسی مر کے کیویں زندہ رہو گی اس ویلے تیرے تے میرے نبی دی ماں نے نبی کریم نو سینے لایا فرمایا میں پاک پتر نو جنم دیتا ہے جدو تک محمد دا ذکر رہے گا میں آمینہ مر کے بھی جیوں دی رواں میرے لال دا ذکر رہا
ਜਦੋਂ ਤੱਕ ਮੁਹੰਮਦ ਦਾ ਨਾਮ ਰਿਹਾ, ਜਦੋਂ ਤੱਕ ਮੁਹੰਮਦ ਦਾ ਜ਼ਿਕਰ ਰਹੇਗਾ, ਮੈਂ ਆਮਿਨਾ ਮਰ ਕੇ ਵੀ ਜ਼ਿੰਦਾ ਰਵਾਂਗੀ। ਮੁਕਾਮ ਅਬਵਾ ਦੀ ਵਾਦੀ ਤੇ ਨਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਪਿਆਰੀ ਅੰਮਾ ਹਜ਼ਰਤ ਸੈਯਦਾ ਆਮਿਨਾ ਦਾ ਵਿਸਾਲ ਹੋਇਆ। ਮੇਰੇ ਆਕਾ ਨਿੱਕੇ ਨਿੱਕੇ ਹੱਥਾਂ ਦੇ ਨਾਲ ਪੱਥਰ ਚੁੱਕੇ, ਮੇਰੇ ਨਬੀ ਨੇ ਮਾਂ ਦੀ ਕਬਰ ਬਣਾਈ। ਚਲੋ ਜੀ, ਤਵੱਜੋ ਹੈ ਭਾਈ, ਸਾਰੇ ਫਰਮਾਓ ਸੁਭਾਨ ਅੱਲਾਹ ਜੀ, ਮੈਂ ਕਰ ਦੇਣਾ ਸਹੀ। ਚਲੋ ਠੀਕ ਹੈ। ਮੁਕਾਮ ਅਬਵਾ ਦੀ ਵਾਦੀ ਤੇ ਨਬੀ ਕਰੀਮ ਸੱਲਮ ਦੀ ਪਿਆਰੀ ਅੰਮਾ ਹਜ਼ਰਤ ਸੈਯਦਾ ਆਮਿਨਾ ਦਾ ਵਿਸਾਲ। ਮੇਰੇ ਨਬੀ ਨਿੱਕੇ ਨਿੱਕੇ ਹੱਥਾਂ ਦੇ ਨਾਲ ਨਾ ਪੱਥਰ ਚੁੱਕ ਕੇ ਮਾਂ ਦੀ ਕਬਰ ਬਣਾਈ, ਤੇ ਜਦੋਂ ਮਾਂ ਦੀ ਯਾਦ ਆਉਣੀ ਤੇ ਮੇਰੇ ਨਬੀ ਦੀਆਂ ਅੱਖਾਂ ਚੋਂ ਅਥਰੂ ਆ ਜਾਣੇ। ਹਜ਼ਰਤ ਇਮਾਮ ਬਾਕੀ ਨੇ ਲਿਖਿਆ, ਇੱਕ ਦਿਨ ਨਬੀ ਪਾਕ ਸੱਲਮ ਨਾ ਇਸ਼ਾ ਦੀ ਨਮਾਜ਼ ਪੜ੍ਹਾਈ ਤੇ ਹਜ਼ੂਰ ਮੁਸੱਲੇ ਤੇ ਬਹਿ ਕੇ ਨਾ ਜ਼ਾਰੋ ਕਤਾਰ ਰੋਈ ਜਾ ਰਹੇ। ਅਰਦ ਕੀਤੀ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਰੋਣ ਦੀ ਵਜ੍ਹਾ ਕੀ ਹੈ? ਨਬੀ ਪਾਕ ਨੇ ਫਰਮਾਇਆ, ਅੱਜ ਮੈਨੂੰ ਮੇਰੀ ਮਾਂ ਯਾਦ ਆਈ ਹੈ, ਅੱਜ ਮੇਰਾ ਦਿਲ ਕਰਦਾ ਮੇਰੀ ਮਾਂ ਆਮਿਨਾ ਜ਼ਿੰਦਾ ਹੋਵੇ ਤੇ ਮੈਂ ਨਮਾਜ਼ ਪੜ੍ਹਦਾ ਹੋਵਾਂ ਤੇ ਯਾ ਮੁਹੰਮਦ ਕਹਿ ਕੇ ਮਾਂ ਆਵਾਜ਼ ਮਾਰੇ ਨਮਾਜ਼ ਛੱਡ ਕੇ ਤੇ ਦੌੜ ਕੇ ਮਾਂ ਦੀ ਗੱਲ ਸੁਣ ਕੇ ਆ ਜਾਵਾਂ। ਨਰਿਆਕਾ ਫਰਮਾਇਆ, ਮੈਂ ਨਮਾਜ਼ ਛੱਡ ਕੇ ਮਾਂ ਦੀ ਗੱਲ ਸੁਣਾ। ਅਦੀ ਤਾਂ ਗ੍ਰਾਮੀ ਕਦਰ, ਇਹ ਮੌਜੂ ਅਸੀਂ ਥੋੜ੍ਹਾ ਜਿਹਾ ਇੱਥੇ ਵੈਂਡਅਪ ਕਰ ਲਈਏ। ਬਾਈ ਹਮਜ਼ਾ ਨੇ ਇੱਕ ਦੋ ਮੈਨੂੰ ਫਰਮਾਇਸ਼ਾਂ ਕਰ ਦਿੱਤੀਆਂ ਅਤੇ ਮੈਂ ਜਲਦੀ ਨਾਲ ਉਹ ਪੜ੍ਹ ਕੇ ਫਿਰ ਬਾਤ ਨੂੰ ਸਮੇਟਾਂ, ਕਿਉਂਕਿ ਘਰ ਸਾਡੀ ਭੈਣ ਹੈ, ਉਹਦੇ ਸਰ 'ਤੇ ਵੀ ਮਹਿਮਾਨ ਪਿਆਰ ਦੇਣ ਵਾਸਤੇ ਆਏ। ਅੱਲਾ ਕਰੀਮ ਨਸੀਬ ਅੱਛੇ ਫਰਮਾਏ। ਤੋ ਵਕਤ ਚੂੰਕਿ ਕਾਫੀ ਖਾਸਾ ਬੀਤ ਗਿਆ, ਮੈਂ ਹੁਣ ਜਲਦੀ ਨਾਲ ਇੱਕ ਦੋ ਬਾਤਾਂ ਦਾ ਹੁਕਮ ਹੈ ਅਤੇ ਕਰਕੇ ਇਜਾਜ਼ਤ ਚਾਹੁੰਦਾ, ਤੁਸੀਂ ਸੁਭਾਨ ਅੱਲਾ ਫਰਮਾਓ ਬਈ। ਰਿਸ਼ਤਿਆਂ ਦੀ ਇਨਸਾਨ ਨੂੰ ਕਦਰ ਕਰਨੀ ਚਾਹੀਦੀ ਹੈ। ਭਰਾ ਭਰਾਵਾਂ ਦੀਆਂ ਬਾਹਾਂ ਆਉਂਦੀਆਂ ਨੇ, ਭਰਾ ਭਰਾਵਾਂ ਦੀਆਂ ਬਾਹਾਂ ਆਉਂਦੀਆਂ ਨੇ, ਤੇ ਇਹ ਸਿਆਣੇ ਲੋਕਾਂ ਸਹੀ ਮਿਸਾਲ ਦਿੱਤੀ ਹੈ। ਲੇਕਿਨ ਭਰਾਵਾਂ ਭਰਾਵਾਂ ਦੀਆਂ ਵੀ ਕਿਸਮਾਂ ਨੇ, ਜਿਨ੍ਹਾਂ ਦੇ ਰੇ ਖੂਹ 'ਚ ਸਟਿਆ ਉਹ ਵੀ ਭਰਾ ਹੀ ਸਨ, ਜਿਹਨੇ ਕਰਬਲਾ ਵਿੱਚ ਬਾਜ਼ੂ ਕਟਾਏ ਉਹ ਵੀ ਭਰਾ ਹੀ ਹੈ, ਅੰਧੇਰੇ ਖੂਹ 'ਚ ਜਿਹਨਾਂ ਸਟਿਆ ਉਹ ਵੀ ਭਰਾ ਹੀ ਨੇ, ਤੇ ਜਿਹਨੇ ਵੀਰ ਤੋਂ ਬਾਜ਼ੂ ਕਰਬਲਾ ਦੇ ਮੈਦਾਨ 'ਚ ਕਟਾ ਦਿੱਤੇ ਉਹ ਵੀ ਭਰਾ ਹੀ ਹੈ। ਬਸ ਮੈਂ ਦੋ ਭਰਾਵਾਂ ਦੀ ਗੱਲ ਕਰਕੇ ਬਾਤ ਨੂੰ ਸਮੇਟਣਾ ਚਾਹੁੰਦਾ। ਉਹ ਵੇਲਾ ਵੀ ਯਾਦ ਕਰੋ, ਅੱਲਾ ਦੇ ਨਬੀ ਯੂਸਫ ਅਲਾ ਨਬੀ ਅਲੈਹਿ ਸਲਾਤੁ ਵਸਲਾਮ ਆਪ ਨੂੰ ਭਰਾਵਾਂ ਨੇ ਨਾਲ ਲੈ ਲਿਆ, ਜਿੱਥੋਂ ਤੱਕ ਬਾਪ ਵੇਖਦਾ ਰਿਹਾ ਭਰਾ ਚੁੱਕ ਕੇ ਕੰਧਿਆਂ ਤੇ ਬਿਠਾਉਂਦੇ ਰਹੇ। ਕੌਣ ਹੈ ਦੀਵਾਲੀ ਦੇ ਗੁਲਾਮ ਜਦੋਂ ਬਾਪ ਦੀਆਂ ਨਜ਼ਰਾਂ ਤੋਂ ਚਲੋਗੇ, ਜਿਸ ਭਰਾ ਨੇ ਯੂਸਫ ਅਲੈਹਿ ਸਲਾਮ ਨੂੰ ਮੋਢਿਆਂ ਤੇ ਚੁੱਕਿਆ ਏ, ਉਹਨੇ ਚੁੱਕ ਕੇ ਜ਼ਮੀਨ ਤੇ ਮਾਰਿਆ, ਇੱਕ ਨੇ ਥੱਪੜ ਮਾਰਿਆ, ਦੂਜੇ ਨੇ ਠੁੱਡਾ ਮਾਰਿਆ, ਇਹਨਾਂ ਹਜ਼ਰਤ ਯੂਸਫ ਅਲੈਹਿ ਸਲਾਮ ਨੂੰ ਮਾਰਨਾ ਸ਼ੁਰੂ ਕੀਤਾ, ਮਾਰੀ ਜਾ ਰਹੇ ਪਕੜ ਭਰਾਵਾਂ ਚਪੇੜਾ ਨਾਦ ਕੀਤੇ ਰੁੱਖ ਸਾਰੇ ਪਰਾਵਾਂ ਕੋ ਪਾਣੀ ਚੰਗੀ ਹੋ ਜੇ ਬਦਲੇ ਨਹੀਂ ਲਈ ਦੇ, ਪਰਾਵਾਂ ਨੂੰ ਮਾਫ ਕਰਨਾ ਨਬੀਆਂ ਦਾ ਸ਼ੇਵਾ ਏ, ਕਿਹੜਾ ਜ਼ੁਲਮ ਏ ਜਿਹੜਾ ਯੂਸਫ ਅਲੈਹਿ ਸਲਾਮ ਦੇ ਪਰਾਵਾਂ ਨੇ ਨਹੀਂ ਕੀਤਾ। ਪਰ ਜਦੋਂ ਗੱਲਾਂ ਮੁੱਕ ਗਿਆ, ਯੂਸਫ ਅਲੈਹਿ ਸਲਾਮ ਦੇ ਪਰਾ ਗੱਲਾਂ ਲੈਣ ਵਾਸਤੇ ਏ, ਅੱਲਾ ਦੇ ਨਬੀ ਯੂਸਫ ਨੇ ਪਰਾਵਾਂ ਨੂੰ ਮਾਫ ਕਰਕੇ ਦੱਸਿਆ, ਜ਼ਮਾਨੇ ਵਾਲਿਓ ਜੇ ਪਰਾਵਾਂ ਕੋ ਮਾੜੀ ਚੰਗੀ ਹੋ ਜੇ ਇਹਨਾਂ ਪਰਾਵਾਂ ਕੋ ਬਦਲੇ ਨਹੀਂ ਲਈਦੇ, ਆ ਮੈਂ ਤੈਨੂੰ ਇੱਕ ਵਫਾਦਾਰ ਪਰਾ ਕਰਬਲਾ ਦੇ ਟਿੱਬੇ ਤੇ ਵਖਾਵਾਂ। ਦਸ ਮੁਹਰਮ ਏ ਕਰਬਲਾ ਦਾ ਮੈਦਾਨ, ਇੱਕ ਇੱਕ ਕਰਕੇ ਸਾਰੇ ਜਾਨ ਨਿਸਾਰ ਜਾ ਰਹੇ, ਇੱਕ ਮੇਰੇ ਹੁਸੈਨ ਦਾ ਲਾਡਲਾ ਵੀਰ ਏ ਜਿਹਨੂੰ ਸਾਰੀ ਦੁਨੀਆ ਗਾਦੀ ਅੱਬਾਸ ਆਖਦੀ, ਜਦੋਂ ਗਾਦੀ ਅੱਬਾਸ ਸਲਮਦਾਰ ਦੇ ਬਾਦੂ ਕਲਮੇ ਹੋਏ, ਕਰਬਲਾ ਦਾ ਮੈਦਾਨ ਮੇਰੇ ਹੁਸੈਨ ਆਪਣੇ ਵੀਰ ਦੇ ਕੋਲ ਆਏ, ਆ ਕੇ ਗਾਦੀ ਅੱਬਾਸ ਨੂੰ ਚੁੱਕ ਕੇ ਸੀਨੇ ਨਾਲ ਲਾਇਆ ਤੇ ਸੀਨੇ ਲਾ ਕੇ ਫਰਮਾਉਂਦੇ ਨੇ, ਅੱਬਾਸ ਵੀਰਾ ਜ਼ਰਾ ਅੱਖਾਂ ਦੇ ਖੋਲ ਵੇਖ, ਤੇਰਾ ਵੀਰ ਹੁਸੈਨ ਆਇਆ ਏ। ਹਜ਼ਰਤ ਗਾਦੀ ਅੱਬਾਸ ਸਲਮਦਾਰ ਨੇ ਅੱਖਾਂ ਖੋਲ ਕੇ ਆਕਾ ਹੁਸੈਨ ਦਾ ਚਿਹਰਾ ਵੇਖਿਆ, ਹੁਣ ਦੋਵਾਂ ਪਰਾਵਾਂ ਦੇ ਅੰਦਰ ਜਿਹੜੀ ਗੱਲ ਹੋ
हो रही है वो दिल दी तख्ती ते लिखण वाली है। आका हुसैन फरमांदे ने अब्बास वीरा जदों दा मेरा वीर हसन तुर गया मैनू किसे ने वीर भी नहीं आखिया। अब्बास जद जांदी वरी वीर ही कह दे हजरत गादी अब्बास ने अर्ज कीती लजपाला अज मेरे हाथ आते मैं तेरे सामने जोड़ के तरला मार लैंदा। अर्द की लजपाला जदों अप्पू वल वेखा वीर लगना है जदों मां वल वेखना मेरी मां उम्मुल बनी ने तेरी मां मुहम्मद दी बेटी मेरी अम्मा उम्मुल बनी ने तेरी अम्मा मुहम्मद दी बेटी जदों अप्पू वल वेखा वीर लगना जो मां वल वेखना उदो दिल करदा है पास बराबरी ना करी सारी जिंदगी गुलामी च गुजारी इन्हां दी गुलामी दा मजा ही वखरा है। आखरी वेले भी गादी अब्बास ने वीर नहीं आखिया अर्द की लजपाला मैं गुलाम हां तुसी सरदार हो मेरे आका हुसैन अपने वीर नु सीने लाया पाई पाइया मुहम्मद बादशाह ते दूजा कौन सजा कौन वफा करे जिन्हें परा कर दें। अल्लाह भाई भाइया दियां बाहां आउंदियां भरा भी बड़िया किस्म के आते जो माड़ी चंगी हो जाए तो अल्लाह के नबी माफ करके दसिया भरावान को बदले नहीं लेते जिन्हें भरा तो बाजू कटा दिते वह भी भरा है। तो आखिरी वेले भी अर्द की लजपाला जे अब्बू वल वेखा तो भरा लगना है पर जे मां वल वेखा तो मेरी मां उम्मुल बनीन है तेरी मां मुहम्मद की बेटी है। दिल चो आवाज आती है अब्बास बराबरी ना करी सारी जिंदगी गुलामी च गुजारी आ हूँ भी गुलामी च रही तो क्यामत के दिन भी जारा के पुत्रा का गुलाम बन के उठ रही। अदी तरह ग्रामी कदर ये भरावान की शान एक कलह का मौजू है। सुभान अल्लाह फरमाओ तो मैं जी अगली फरमाइश आई वह पूरी करा वे इंज नहीं उच्चा जहा बोलो सुभान अल्लाह। ये चूंकि भाई हमजा ये सऊदी अरब रहते हैं तो हूँ टिकटॉक का दौर है यूट्यूब का दौर है ये टिकटॉक से सुनते रहे तो इन्हें ये अचानक ही सारा प्रोग्राम बना के बंदे फकीर ने हुक्म दिता तो मैंने बुला लिया है तो हूँ इन्हें बेबहा फरमाइशा की तो मैं कोशिश कर रहा कि मैं सारिया पूरी कर जावं। हजरत इमाम दारमी ने सुनन दारमी के अंदर पहली जिंद पहली हदीसे पाक नकल फरमाई नबी पाक ना बाजार जा रहे तो मेरे नबी ने एक सोहना जहा नौजवान वेखिया तो रात की तनहाई में मेरे नबी ने दुआ मंगी या ला एडा सोहना बनाए कि दोजख का बालन ना बन जाए मैं तेरा नबी दुआ करना हजरत दाहिया नू ईमान दी दौलत अता फरमा। मुहम्मद जो रोकर दुआ मांगते हैं खुदा जाने खुदा से वो क्या मांगते हैं। राती नबी पाक ने दुआ मंगी सुबह फजर दा वेला नबी पाक नमाज पढ़ के मुसल्ले इमामत ते बैठे ते दाहिया कलबी ऐन करके ना पब्बां दे पार मेरे नबी दी बारगाह बुला रहा। हजूर फरमाते ने दाहिया दी सोणिया फरमाया पूरा पैर थले नहीं ला रहा। अर्द की कमली वाले मैं ना अल्लाह की निकी निकी मखलूक लो डरना कि मेरे पैरों थले आके मर ना जाए। मेरे आका फरमाया तेन खुदा दी निकी निकी मखलूक का ख्याल आ गया जमाने जहलीयत के अंदर जी धी जिंदा न पी तेन धी का कभी ख्याल नहीं आया। अर्द की कमली वाले जो तो बच्ची का ख्याल आता है मेरा दिल खून के अथरू से आंसू रोंद है। मेरे आका ने फरमाया वाक्य ते माजरा सुना तू बच्ची जिंदा कि न पिया। अर्द की कमली वाले जमाने जहलीयत लोग बेटिया ना प्यार करते ही नहीं जिदे कर बेटी पैदा होती है माँ भी रोंदी है बाप भी रोंद है तो लोग ना अपन धियां जिंदा नपते हैं। मैं कबीले वाल सरदार हाँ अपने कबीले दियाँ 70 धियां अपने हथा नाल मैं जिंदा नपिया जिदे घर भी बेटी होवे लिया के मैनू देवे मैं जाके जिंदा ही नप के आवां। अर्द की कमली वाले 5 साल मुख्तलिफ मुल्कां च कम करता रहा मेरे घर बच्ची या बच्चे की विलादत का वक्त है जाती बार मैं बीवी को वसीयत की मेरे मगरों धी जमी तो जिंदा ही नप दई पुत्र
ਜੰਮਿਆ ਤੇ ਪਾਲੀ ਕਮਲੀ ਵਾਲੇ ਜਦੋਂ 5 ਸਾਲ ਦੇ ਬਾਅਦ ਮੈਂ ਵਾਪਿਸ ਆ ਕੇ ਦਰਵਾਜ਼ਾ ਖੜਕਾਇਆ ਨਾ ਇੱਕ ਛੋਟੀ ਜਿਹੀ ਬੱਚੀ ਨੇ ਦਰਵਾਜ਼ਾ ਖੋਲਿਆ ਤੇ ਮੈਂ ਬੱਚੀ ਵੱਲ ਵੇਖ ਕੇ ਕਹਿੰਦਾ ਤੂੰ ਕੌਣ ਹੈ ਤੇ ਕਹਿੰਦਾ ਸੋਹਣਿਆ ਬੱਚੀ ਮੇਰੇ ਵੱਲ ਵੇਖ ਕੇ ਕਹਿੰਦੀ ਹੈ ਤੂੰ ਕੌਣ ਹੈ ਤੇ ਮੈਂ ਬੱਚੀ ਨੂੰ ਆਖਿਆ ਮੈਂ ਘਰ ਦਾ ਮਾਲਕ ਹਾਂ ਇੰਨੀ ਗੱਲ ਕੀਤੀ ਤੇ ਬੱਚੀ ਲੱਤਾਂ ਨੂੰ ਜੱਫਾ ਮਾਰਿਆ ਤੇ ਜੱਫਾ ਮਾਰ ਕੇ ਕਹਿੰਦੀ ਜੇ ਤੂੰ ਘਰ ਦਾ ਮਾਲਕ ਹੈ ਤੇ ਮੈਂ ਘਰ ਦੇ ਮਾਲਕ ਦੀ ਧੀਆਂ ਸੋਹਣਿਆ ਮੇਰੀਆਂ ਅੱਖਾਂ 'ਚ ਖੂਨ ਉਤਰ ਆਇਆ ਅਰਬ ਦੇ ਲੋਕਾਂ ਮਿਹਨਤ ਤੇ ਤਾਨੇ ਮਾਰ ਕੇ ਮਾਰਨੇ ਕਿ ਸਾਡੀਆਂ ਬੇਟੀਆਂ ਜ਼ਿੰਦਾ ਨੱਪਦਾ ਰਿਹਾ ਆਪਣੀ ਬੇਟੀ ਪਾਲ ਕੇ ਜਵਾਨ ਕੀਤੀ ਆ ਕਹਿੰਦਾ ਮੈਂ ਬੀਵੀ ਨੂੰ ਗੁੱਸੇ ਨਾਲ ਪੁੱਛਿਆ 10 ਬੱਚੀ ਨੂੰ ਜ਼ਿੰਦਾ ਨਹੀਂ ਨੱਪਿਆ ਤੇ ਬੀਵੀ ਕਹਿੰਦੀ ਵੇ ਦਹੀਆ ਮੈਂ ਕਿਵੇਂ ਨੱਪਦੀ ਧੀਆਂ ਮਾਵਾਂ ਦੀਆਂ ਆਂਦਰਾਂ ਆਉਂਦੀਆਂ ਨੇ ਦਾਈ ਅਕਲ ਵੀ ਕਹਿੰਦਾ ਮੈਂ ਬੀਵੀ ਨੂੰ ਆ ਕੇ ਹੁਣੇ ਤਿਆਰ ਕਰ ਇਹਨੂੰ ਗੁਸਲ ਕਰਾ ਅੱਜ ਹੀ ਜ਼ਿੰਦਾ ਨੱਪ ਕੇ ਆਵਾਂ ਤਾਂ ਕਿ ਕੱਲ੍ਹ ਗਲੀ 'ਚ ਨਿਕਲਾਂ ਮੈਨੂੰ ਧੀ ਦਾ ਪਿਓ ਕੋਈ ਨਾ ਆਖੇ ਤੇ ਦਾਈ ਅਕਲ ਵੀ ਰੋ ਕੇ ਕਹਿੰਦਾ ਕਮਲੀ ਵਾਲਿਆ ਮੇਰੀ ਬੀਵੀ ਬੱਚੀ ਨੂੰ ਗੁਸਲ ਕਰਾ ਲਈ ਗੁਸਲ ਕਰਾਉਂਦੀ ਇਹਨਾਂ ਨੇ ਸੀਨੇ ਲੱਗ ਕੇ ਰੋਣ ਲੱਗ ਪੈਂਦੀ ਏ ਜਦੋਂ ਗੁਸਲ ਕਰਾ ਕੇ ਲਿਆਈ ਮੈਂ ਬੱਚੀ ਨੂੰ ਲੈ ਕੇ ਤੁਰਿਆ ਮੇਰੀ ਬੀਵੀ ਹੱਥ ਜੋੜ ਲੈ ਬੇਤਾ ਯਾ ਮਾਰੀ ਨਾ ਮਾਂ ਦੀ ਜਾਨ ਅਗਰ ਮੇਰੀ ਬੇਟੀ ਮਰ ਗਈ ਤੇ ਮਾਂ ਜ਼ਿੰਦਾ ਹੀ ਮਰ ਜਾਏਗੀ ਕਹਿੰਦਾ ਕਮਲੀ ਵਾਲਿਆ ਮੈਂ ਬੀਵੀ ਨੂੰ ਧੱਕਾ ਮਾਰਿਆ ਤੇ ਬੱਚੀ ਨੂੰ ਲੈ ਕੇ ਤੁਰਿਆ ਬੱਚੀ ਮੇਰੇ ਨਾਲ ਗੱਲਾਂ ਕਰਦੀ ਏ ਬਾਬਾ ਬਾਬਾ ਕਰਦੀ ਕਹਿੰਦੀ ਐਵੇਂ ਬਾਬਾ ਕਿੱਥੇ ਤੁਰ ਗਿਆ ਸੇ ਜਦੋਂ ਲੋਕਾਂ ਦੇ ਪੁੱਤਰ ਆਪਣੇ ਮਾਪਿਆਂ ਨਾਲ ਖੇਡਦੇ ਰਹੇ ਨੇ ਅੱਪਾ ਮੈਂ ਤੇਰੀਆਂ ਰਾਵਾਂ ਵੇਖਦੀ ਰਹੀ ਆ ਅਰਦ ਕੀਤੀ ਕਮਲੀ ਵਾਲਿਆ ਬੱਚੀ ਬਾਬਾ ਬਾਬਾ ਕਰਦੀ ਐ ਮੈਂ ਬੱਚੀ ਦੇ ਨਾਲ ਨਹੀਂ ਬੋਲਦਾ ਮੈਂ ਬੱਚੀ ਨੂੰ ਲੈ ਕੇ ਜੰਗਲ ਵੀ ਆਬਾਣੇ ਲਾ ਕੇ ਚ ਆ ਗਿਆ ਬੱਚੀ ਨੂੰ ਧੁੱਪੇ ਬਿਠਾ ਕੇ ਬੱਚੀ ਦੀ ਕਬਰ ਪਿਆ ਕੱਢਣਾ ਅਰਦ ਕੀਤੀ ਕਮਲੀ ਵਾਲਿਆ ਮੈਨੂੰ ਪਸੀਨਾ ਆਉਂਦਾ ਏ ਬੱਚੀ ਆਪਣਾ ਕੱਪੜਾ ਲੈ ਕੇ ਮੇਰਾ ਪਸੀਨਾ ਸਾਫ ਕਰਦੀ ਏ ਕਹਿੰਦੀ ਏ ਪਾਪਾ ਚੱਲ ਕਰ ਚੱਲਨੇ ਆ ਬਾਕੀ ਕੰਮ ਕੱਲ ਕਰਾਂਗੇ ਅੱਪਾ ਜੀ ਤੁਹਾਡੇ ਚਿਹਰੇ ਤੇ ਪਸੀਨਾ ਆ ਰਿਹਾ ਬਾਕੀ ਕੰਮ ਫੇਰ ਕਰ ਲਵਾਂਗੇ ਕਹਿੰਦਾ ਕਮਲੀ ਵਾਲਿਆ ਮੈਂ ਬੱਚੀ ਨੂੰ ਕਹਿੰਦਾ ਪਰਾਂ ਬਹਿ ਜਾ ਕੰਮ ਕਰ ਲੈਣ ਦੇ ਬੱਚੀ ਧੁੱਪੇ ਬੈਠੀ ਰਹੀ ਮੈਂ ਕਬਰ ਕੱਢਦਾ ਰਿਹਾ ਜਦੋਂ ਕਬਰ ਤਿਆਰ ਹੋਈ ਮੈਂ ਬੱਚੀ ਨੂੰ ਆਵਾਜ਼ ਮਾਰੀ ਤੇ ਬੱਚੀ ਦੌੜਦੀ ਮੇਰੇ ਮਨ ਆ ਰਹੀ ਅੱਬੂ ਸੀਨੇ ਲਾਏਗਾ ਅੱਬੂ ਲਾਉਂਡ ਲੜਾਏਗਾ ਅਰਦ ਕੀਤੀ ਕਮਲੀ ਵਾਲਿਆ ਜਦੋਂ ਬੱਚੀ ਮੇਰੇ ਕਰੀਬ ਆਈ ਮੈਂ ਧੱਕਾ ਮਾਰਿਆ ਕਬਰ 'ਚ ਗਿਰ ਗਈ ਔਲਾਦਾਂ ਵਾਲਿਓ ਕਲੇਜਾ ਫਟ ਜਾਂਦਾ ਏ ਅੱਜ ਵੀ ਅੱਧੀ ਰਾਤ ਵੇਲੇ ਬਾਪ ਕੰਮ ਤੋਂ ਨਾ ਆਵੇ ਪੁੱਤਰ ਸੌਂ ਜਾਂਦੇ ਨੇ ਬੇਟੀ ਰਾਵਾਂ ਵੇਖਦੀ ਅੱਜ ਵੀ ਰਾਤ ਬੇਟੀ ਨਹੀਂ ਸੌਂਦੀ ਮੇਰਾ ਅੱਬੂ ਨਹੀਂ ਆਇਆ ਇਹ ਮੌਤ ਦਾ ਵੇਲਾ ਤੇਰੇ ਤੇ ਵੀ ਆਉਣਾ ਮੇਰੇ ਤੇ ਵੀ ਆਉਣਾ ਜਦੋਂ ਆਖਰੀ ਵੇਲੇ ਮੰਜੀਆਂ ਚੁੱਕੀਆਂ ਜਾਂਦੀਆਂ ਨੇ ਯਾਰ ਤੇ ਬੇਲੀ ਕਹਿੰਦੇ ਨੇ ਜਨਾਜ਼ੇ ਦਾ ਟਾਈਮ ਹੋ ਗਿਆ ਉਸ ਵੇਲੇ ਧੀਆਂ ਮੰਜੀ ਦਾ ਬਾਵਾ ਨਹੀਂ ਛੱਡਦੀਆਂ ਇਹਨਾਂ ਨੂੰ ਪਤਾ ਮੰਜੀ ਖਾਲੀ ਆਉਣੀ ਮੇਰੀ ਤੇ ਬਾਦਸ਼ਾਹੀ ਮੇਰੇ ਅੱਬੂ ਨਾਲ ਏ ਤਾਇਆ ਕਲਬੀ ਕਹਿੰਦਾ ਕਮਲੀ ਵਾਲਿਆ ਮੈਂ ਜ਼ਿੰਦਾ ਬੱਚੀ ਤੇ ਮਿੱਟੀ ਪਾ ਰਿਹਾ ਤੇ ਬੱਚੀ ਨੇ ਅੱਜ ਕਰਕੇ ਨਿੱਕੇ ਨਿੱਕੇ ਹੱਥ ਜੋੜ ਲਏ ਰੋ ਕੇ ਕਹਿੰਦੀ ਅੱਪਾ ਮਾਰੀ ਨਾ ਜੇ ਮੇਰੀ ਸੂਰਤ ਚੰਗੀ ਨਹੀਂ ਲੱਗੀ ਤੇਰੇ ਸਾਹਮਣੇ ਨਹੀਂ ਆਵਾਂ ਪਰ ਬਾਬਾ ਮਾਰੀ ਨਾ ਕੱਲ ਨੂੰ ਸ਼ਾਦੀ ਕਰੇਗਾ ਤੇਰੇ ਕੋ ਸਮਾਨ ਨਹੀਂ ਮੰਗਦੀ ਬਾਬਾ ਮਾਰੀ ਨਾ ਇੱਕੋ ਜੋੜੇ ਚ ਜ਼ਿੰਦਗੀ ਗੁਦਾਰ ਦੇਵਾਂਗੀ ਬਾਬਾ ਮਾਰੀ ਨਾ ਤੇ ਬੱਚੀ ਕਹਿੰਦੀ ਬਾਬਾ ਧੀਆਂ ਨਾਲ ਇੰਜ ਨਹੀਂ ਕਰੀਦਾ ਬਾਬਾ ਮੈਂ ਤੇਰੀ ਬਛੜੀਆਂ ਮੈਂ ਤੇਰੀ ਆਪਣੀਆਂ ਮਾਰੀ ਨਾ ਅਰਦ ਕੀਤੀ ਕਮਲੀ ਵਾਲਿਆ ਮੈਨੂੰ ਤਰਸ ਨਹੀਂ ਆਉਂਦਾ ਮੈਂ ਬੱਚੀ ਤੇ ਮਿੱਟੀ ਪਾਈ ਜਾ ਰਿਹਾ ਜਦੋਂ ਬੱਚੀ ਵੇਖਿਆ ਮੇਰੇ ਅੱਬੂ ਨੂੰ ਤਰਸ ਨਹੀਂ ਆ ਰਿਹਾ ਕਹਿੰਦੀ ਬਾਬਾ 5 ਸਾਲ ਉਡੀਕਦੀ ਰਹੀ ਆ ਅੱਜ ਹੀ ਆਇਆ ਮੈਨੂੰ ਮਾਰਨ ਲੈ ਆਏ ਜੇ ਮੱਟੀ ਪਾਣੀ ਆ ਮੇਰੇ ਪੈਰਾਂ ਵਾਲੇ ਪਾਸਿਓਂ ਪਾਵੀ ਮੱਟੀ ਪਾਉਂਦਾ ਜਾਏਗਾ ਤੇਰੀ ਸੂਰਤ ਵੇਖਦੀ ਜਾਵਾਂਗੀ ਅਰਦ ਕੀਤੀ ਕਮਲੀ ਵਾਲਿਆ ਮੈਨੂੰ ਫੇਰ ਵੀ ਤਰਸ ਨਹੀਂ ਆਇਆ ਬੱਚੀ ਨਿੱਕੇ ਨਿੱਕੇ ਹੱਥ ਜੋੜ ਕੇ ਕਹਿੰਦੀ ਅੱਪਾ ਮਾਰ ਕੇ ਜਾਈ ਤਸੱਲੀ ਕਰਕੇ ਜਾਈ ਜਾਂਦੀ ਵਾਰੀ ਦੱਸ ਕੇ ਜਾ ਮੈਂ
ਨਵਾਣੀ ਦਾ ਕਸੂਰ ਕੀ ਕਮਲੀ ਵਾਲਿਆ ਮੈਂ ਕੋਈ ਗੱਲ ਵੀ ਨਾ ਸੁਣੀ ਮੈਂ ਮੱਟੀ ਪਾ ਦਿੱਤੀ ਜਦੋਂ ਸਾਰੀ ਮੱਚੀ ਤੇ ਮੱਟੀ ਪੈ ਗਈ ਮੱਚੀ ਦਾ ਸਰ ਬਾਕੀ ਰਹਿ ਗਿਆ ਆਸਮਾਨ ਦਾ ਵੱਲ ਵੇਖ ਕੇ ਕਹਿੰਦੀ ਰੱਬਾ ਮੈਂ ਸੁਣਿਆ ਹੀ ਤੇਰਾ ਆਖਰੀ ਨਬੀ ਆਉਣ ਵਾਲਾ ਜਿਹਨੇ ਆ ਕੇ ਧੀਆਂ ਨੂੰ ਇੱਜ਼ਤਾਂ ਦੇਣੀਆਂ ਨੇ ਤੇ ਬੱਚੀ ਨੂੰ ਕੀ ਕਹਿੰਦੀ ਆਉਣ ਵਾਲਿਆ ਜ਼ਰਾ ਜਲਦੀ ਆ ਜਾ ਧੀਆਂ ਮਰ ਚਲੀਆਂ ਨੇ ਸੋਹਣਿਆ ਜ਼ਰਾ ਜਲਦੀ ਆ ਜਾ ਦੁਖੀ ਧੀਆਂ ਤੇਰੀਆਂ ਰਾਵਾਂ ਵੇਖ ਰਹੀਆਂ ਤਾਈਆਂ ਕਲਬੀ ਕਹਿੰਦਾ ਕਮਲੀ ਵਾਲਿਆ ਜ਼ਿੰਦਾ ਬੱਚੀ ਤੇ ਮਿੱਟੀ ਪਾ ਕੇ ਬੱਚੀ ਦੀ ਕਬਰ ਬਣਾਇਆ ਅਰਧ ਕੀਤੀ ਕਮਲੀ ਵਾਲਿਆ ਰਾਤੀ ਸੌਣਾ ਤੇ ਬਾਬਾ ਬਾਬਾ ਦੀਆਂ ਬਾਤਾਂ ਆਉਂਦੀਆਂ ਨੇ ਕਮਲੀ ਵਾਲਿਆ ਰਾਤਾਂ ਦੀ ਨੀਂਦਰ ਉੱਡ ਗਈ ਦਿਲ ਦਾ ਕਲਾਮ ਉੱਡ ਗਿਆ ਕੌਣ ਹੈ ਤੇ ਵਾਲੀ ਦੀ ਮਾਰਗਾ ਦਾ ਯਾ ਕਲਬੀ ਗੱਲ ਸੁਣਾ ਕੇ ਚੁੱਪ ਕਰ ਗਿਆ ਮੇਰੇ ਆਕਾ ਗੱਲ ਸੁਣ ਕੇ ਜ਼ਾਰੋ ਕਤਾਰ ਰੋਏ ਫਿਰ ਮੇਰੇ ਆਕਾ ਫਰਮਾਣ ਲੱਗੇ ਇੱਕ ਵਾਰੀ ਫੇਰ ਉਸ ਧੀ ਦੀ ਗੱਲ ਸੁਣਾ ਦੇ ਜਿਹੜੀ ਮੁਹੰਮਦ ਦੀਆਂ ਰਾਵਾਂ ਵੇਖਦੀ ਤੁਰ ਗਈ ਜਿਹੜੀ ਮੁਹੰਮਦ ਦੀਆਂ ਰਾਵਾਂ ਵੇਖਦੀ ਤੁਰ ਗਈ ਮੇਰੇ ਆਕਾ ਨੂੰ ਮੁੜ ਗੱਲ ਸੁਣਾਈ ਹਜ਼ੂਰ ਮੁੜ ਜ਼ਾਰਫ ਉਤਾਰ ਰੋਏ ਫਿਰ ਮੇਰੇ ਆਕਾ ਫਰਮਾਇਆ ਸਾਡੀ ਬਾਰਗਾਹ ਹੈ ਅਤੇ ਸਾਡੀ ਜ਼ਾਤ ਰਹਿਮਤ ਅੱਲੇ ਲਾਲ ਅਮੀਨ ਹੈ ਸੱਤਰ ਗੁਨਾਹ ਤੇ ਕੀ ਸੱਤਰ ਹਜ਼ਾਰ ਗੁਨਾਹ ਵੀ ਕੀਤੇ ਹੋਣਗੇ ਰੱਬ ਸਾਡਾ ਸਦਕਾ ਮਾਫ਼ ਕਰੇਗਾ ਮੇਰੇ ਆਕਾ ਨੇ ਬੇਟੀ ਦਾ ਮੁਕੱਦਰ ਬਿਆਨ ਫਰਮਾਇਆ ਹਜ਼ੂਰ ਫਰਮਾਇਆ ਜਿਹਨੂੰ ਰੱਬ ਦੋ ਧੀਆਂ ਦੇਵੇ ਉਹਨਾਂ ਧੀਆਂ ਨੂੰ ਪਾਲੇ ਪਾਲ ਕੇ ਜਵਾਨ ਕਰੇ ਸ਼ਾਦੀ ਕਰਕੇ ਵਿਲਿਆ ਕਰੇ ਆਪਣੇ ਘਰ ਸੁਖੀ ਵਸਣ ਦੁਖੀ ਵਸਣ ਜਿਹੜਾ ਦੋ ਧੀਆਂ ਪਾਲ ਕੇ ਸ਼ਾਦੀ ਕਰਕੇ ਜਵਾਨ ਕਰਕੇ ਵਿਲਿਆ ਕਰੇਗਾ ਜਿਵੇਂ ਦੋ ਉਂਗਲਾਂ ਨਾਲ ਨੇ ਇਹਨ ਜੰਨਤ ਵਿੱਚ ਮੁਹੰਮਦ ਦੇ ਨਾਲ ਹੋਵੇਗਾ ਹਾਤਮ ਤਾਈ ਦੀ ਬੇਟੀ ਮੇਰੇ ਨਬੀ ਦੀ ਬਾਰਗਾਹ 'ਚ ਕੈਦਨ ਬਣ ਕੇ ਆਈ ਸਿਰ ਤੋਂ ਦੁਪੱਟਾ ਲੈ ਗਿਆ ਮੇਰੇ ਆਕਾ ਫਰਮਾਇਆ ਬੇਟੀ ਦੇ ਸਿਰ ਤੋਂ ਦੁਪੱਟਾ ਦਿਓ ਸੋਹਣਿਆ ਕਾਫਰ ਦੀ ਧੀ ਹੈ ਮੇਰੇ ਆਕਾ ਫਰਮਾਇਆ ਧੀ ਧੀ ਹੁੰਦੀ ਹੈ ਜੇ ਮੁਹੰਮਦ ਆਪਣੀਆਂ ਧੀਆਂ ਦੇ ਸਿਰ ਨੰਗੇ ਨਹੀਂ ਵੇਖ ਸਕਦਾ ਮੈਂ ਗੈਰਾਂ ਦੀਆਂ ਧੀਆਂ ਦੇ ਵੀ ਸਿਰ ਨੰਗੇ ਨਹੀਂ ਵੇਖ ਸਕਦਾ ਜਿਸ ਵੇਲੇ ਤਸ਼ਰੀਫ ਲਿਆਇਆ ਉਹ ਕੁੱਲ ਆਲਮ ਦਾ ਵਾਦੀ ਧੀਆਂ ਨੂੰ ਵੀ ਇੱਜ਼ਤਾਂ ਮਿਲੀਆਂ ਭਰਗੇ ਕਾਸੇ ਖਾਲੀ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ ਜਿੱਥੇ ਹੁੰਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ ਕਿਸੇ ਨੂੰ ਮਾਣ ਦੌਲਤ ਤੇ ਕਿਸੇ ਨੂੰ ਹੈ ਇਬਾਦਤ ਤੇ ਸੁਨੀਆਂ ਨੂੰ ਸਿਰਫ ਤੇਰਾ ਸਹਾਰਾ ਯਾ ਰਸੂਲ ਅੱਲਾ ਲੋਬੀ ਤਕਰੀਰ ਖਤਮ ਉਹ ਬੱਚੇ ਬਹਿ ਜਾਓ ਉਹ ਕਾਕਾ ਬਹਿ ਜਾਓ ਉਹ ਖੁਦਾ ਦਾ ਨਾਜ ਬਹਿ ਜਾਓ ਉਹ ਜਿਹਨੂੰ ਤੁਸੀਂ ਮੰਨਦੇ ਉਹਦਾ ਵਾਸਤਾ ਬਹਿ ਜਾਓ ਹੁਣ ਬਹਿ ਜਾਓ ਪੁੱਤਰ ਹੁਣ ਬਹਿ ਜਾਓ ਐਂਡ ਹੋ ਗਿਆ ਹੁਣ ਸਾਰੀ ਲੁੱਟਮਾਰ ਕਰ ਲਈ ਨੇ ਅਤੇ ਹੁਣ ਇਹ ਤੋਂ ਉੱਠਣਾ ਨਹੀਂ ਹੁਣ ਬਈ ਮੈਂ ਆਖਿਰ ਤੇ ਬਸ ਸਿਹਰਾ ਪੜ੍ਹ ਕੇ ਮੈਂ ਬਾਲ ਮੁਕਾ ਲੱਗਾ ਕਿਉਂਕਿ ਇਹ ਵੀ ਹਮਜ਼ਾ ਸਾਹਿਬ ਨੇ ਆਖਿਆ ਅਤੇ ਸਾਰੀ ਤਕਰੀਰ ਤੁਸੀਂ ਬਿਲਕੁਲ ਚੁੱਪ ਕਰਕੇ ਸੁਣੀ ਹੈ ਸਾਰਾ ਢਿੱਲ ਮੈਂ ਹੀ ਮਾਰਿਆ ਹੁਣ ਕੋਸ਼ਿਸ਼ ਕਰਿਆ ਜੇ ਸਾਰੇ ਸੰਗੀ ਮੇਰੇ ਨਾਲ ਜ਼ਰੂਰ ਪੜਿਆ ਜੇ ਇਹ ਬੱਚੇ ਬੱਚੇ ਨੂੰ ਯਾਦ ਹੈ ਬੱਚੇ ਬੱਚੇ ਨੂੰ ਆਉਂਦਾ ਕਿਸੇ ਦੌਰ ਚਾਲਮ ਲੁਆ ਰਹੇ ਚਿਮਟੇ ਨਾਲ ਪੜ੍ਹਦਾ ਰਿਹਾ ਪਰ ਸਾਡਾ ਚਿਮਟੇ ਚੁਮਟੇ ਨਾਲ ਕੋਈ ਤਾਲੁਕ ਨਹੀਂ ਇਸ ਗੱਲ ਦੀ ਗਰੰਟੀ ਹੈ ਕਿ ਇਹ ਮੇਰੇ ਨਬੀ ਦੀ ਨਾਂ 'ਤੇ ਇੱਕ ਇੱਕ ਲਫ਼ਜ਼ ਬੜਾ ਹਸੀਨ ਅਤੇ ਸੋਨੇ ਦੇ ਪਾਣੀ ਨਾਲ ਲਿਖਣ ਵਾਲਾ ਹੁਣ ਸਾਰਿਆਂ ਕੋਸ਼ਿਸ਼ ਕਰਨੀ ਹੈ ਕਿ ਮੇਰੇ ਨਾਲ ਇਹ ਸਦਾ ਪੜ੍ਹ ਲਵੋ ਰਾਤ ਆਈ ਨਾ ਮੇਰਾ ਜਾ ਲਈ ਅਤੇ ਹੂਰਾਂ ਦੀ ਸਰਦਾਰ ਨੇ ਸਾਰੀਆਂ ਹੂਰਾਂ ਨੂੰ ਕੀਤਾ ਇਕੱਠਿਆਂ ਅਤੇ ਇਕੱਠਿਆਂ ਕਰਕੇ ਕਹਿੰਦੀ ਹੈ ਆਓ ਕਮਲੀ ਵਾਲੇ ਮਿਰਾਜ ਤੇ ਆ ਰਹੇ ਨਾਲੇ ਸਰਕਾਰ ਦਾ ਇਸਤਕਬਾਲ ਕਰੀਏ ਅਤੇ ਨਾਲੇ ਹਜ਼ੂਰ ਦੇ ਸਿਹਰੇ ਪੜੀਏ ਅਤੇ ਹੂਰਾਂ ਦੀ ਸਰਦਾਰ ਕਹਿਣ ਲੱਗੀ ਆਓ ਸਾਰੀਆਂ ਹੂਰਾਂ ਦੀ ਨਬੀ ਦਾ ਰਲ ਮਿਲ ਸੇਰਾ ਗਾਈਏ ਆਓ ਸਾਰੀਆਂ ਹੂਰਾਂ ਦੀ ਨਬੀ ਦਾ ਰਲ ਮਿਲ ਸੇਰਾ ਗਾਈਏ ਉੱਤੋਂ ਰਾਤ ਮਿਰਾਜ ਦੀਏ ਕਮਲੀ ਵਾਲੇ ਦੀ ਜ਼ਿਆਰਤ ਪਾਈਏ ਆਣਾ ਰੱਬ ਦਾ ਅੱਜ ਮਹਿਮਾਨ ਸਈਓ ਕੁੱਲ ਨਬੀਆਂ ਦਾ ਸੁਲਤਾਨ ਸਈਓ ਨਹੀਂ ਆਣਾ ਰੱਬ ਦਾ ਅੱਜ ਮਹਿਮਾਨ ਸਈਓ ਕੁੱਲ ਨਬੀਆਂ ਦਾ ਸੁਲਤਾਨ ਸਈਓ ਉਹਨੂੰ ਸੱਦਿਆ ਰੱਬ ਰਹੇ ਮਾਨ ਸਈਓ ਚਲੋ ਗਰਮ ਸਲਾਮੀ ਜਾਈਏ ਸਾਰੀਆਂ ਹੂਰਾਂ ਦੀ ਨਬੀ ਦਾ ਰਲ ਮਿਲ ਸੇਰਾ ਗਾਈਏ ਅੱਲਾ ਪਾਕ ਨੇ ਅਰਸ਼ ਸਜਾਏ ਨੇ ਤਰ ਜੰਨਤ ਦੇ ਖਲਵਾਏ ਨੇ ਅੱਲਾ ਪਾਕ ਨੇ ਅਰਸ਼ ਸਜਾਏ ਨੇ ਤਰ ਜੰਨਤ ਦੇ ਖਲਵਾਏ ਨੇ ਅੱਜ ਅਰਸ਼ ਤੇ ਅਹਿਮਦ ਆਏ ਨੇ ਅੱਜ ਜੋ ਮੰਗੀਏ ਸੋ ਪਾਈਏ
ਸਾਰੀਆਂ ਹੂਰਾਨੀ ਨਬੀ ਦਾ ਰਲ ਮਿਲ ਸ਼ੇਰਾ ਗਾਈਏ ਉਹ ਅੱਜ ਅਸਵਾਰ ਪੂਰਾ ਕੀਏ ਉਹਦੇ ਸਿਰ ਤੇ ਤਾਜ ਲਾ ਲਾ ਕੀਏ ਨੀ ਉਹ ਅੱਜ ਅਸਵਾਰ ਪੂਰਾ ਕੀਏ ਉਹਦੇ ਸਿਰ ਤੇ ਤਾਜ ਲਾ ਲਾ ਕੀਏ ਉਹ ਹੋਜ਼ੇ ਤੋਂ ਸਰਦਾਰ ਸਾਕੀਏ ਨੀ ਉਹ ਹੋਜ਼ੇ ਤੋਂ ਸਰਦਾਰ ਸਾਕੀਏ ਚਲੋ ਚੱਲ ਕੇ ਪਿਆਸ ਬੁਝਾਈਏ ਆਓ ਸਾਰੀਆਂ ਹੂਰਾਂ ਦੀ ਨਬੀ ਦਾ ਰਲ ਮਿਲ ਸੇਰਾ ਗਾਈਏ ਉੱਪਰ ਰਾਤ ਮੇਰਾਜ ਦੀਏ ਕੰਬਣੀ ਵਾਲੇ ਦੀ ਜ਼ਿਆਰਤ ਪਾਈਏ ਅੱਜ ਦੀ ਮਹਿਫਿਲ ਪਾਕ ਨੂੰ ਕਬੂਲ ਫਰਮਾ ਕੇ ਸਾਡੀ ਬਖਸ਼ਿਸ਼ ਦਾ ਸਮਾਨ ਬਣਾਏ ਲੋਬੀ ਦੁਆ ਮੰਗੋ ਆਮੀਨ ਅੱਲਾਹੁਮ ਸੱਲਿ ਅਲਾ ਸੈਯਿਦਨਾ ਵ ਮੌਲਾਨਾ ਮੁਹਲਾ ਬਿਬਨੀ ਮੁਰਰਤ ਅਬਨੀ ਕਾਬ ਬਿਬਨੀ ਲੁਅਈ ਬਿਬਨੀ ਗਾਲਿਬ ਬਿਬਨੀ ਫਿਹਰੀ ਬਿਬਨੀ ਮਾਲਿਕ ਬਿਬਨੀ ਨਦਰ ਬਿਬਨੀ ਕਨਾਨਤ ਅਬਨੀ ਖੁਜ਼ੈਮਤ ਅਬਨੀ ਮੁਦਰਿਕਤ ਅਬਨੀ ਇਲਿਆਸ ਅਬਨੀ ਮੁਦਰ ਅਬਨੀ ਨਿਦਾਰ ਅਬਨੀ ਮਾਅਦ ਬਿਬਨੀ ਅਦਨਾਨ ਰਿਦਵਾਨੁਲਲਾਹ ਤਾਲਾ ਅਲੈਹਿ ਮਜਮਾਈਨ ਯਾ ਪਰਵਰਦਿਗਾਰ ਆਲਮ ਤਿਲਾਵਤ ਕੁਰਾਨ ਮਜੀਦ ਕੀ ਗਈ ਸਨਾ ਖਾਨੀ ਹੋਈ ਖਿਤਾਬ ਹੁਆ ਜੋ ਵੀ ਕਲਮੇ ਕਲਾਮ ਪੜਾ ਗਿਆ ਜਿਤਨਾ ਵੀ ਅਜਰ ਸਵਾਬ ਹਾਸਿਲ ਹੁਆ ਤੇਰੀ ਬੁਲੰਦ ਬਾਰਗਾਹ ਮੇ ਹਦੀਆਤਨ ਤੋਹਫਤਨ ਨਜ਼ਰਾਨਤਨ ਨਕੀਦਤਨ ਮੁਹੱਬਤਨ ਪੇਸ਼ ਕਰਤੇ ਹੈ ਕਬੂਲ ਫਰਮਾ ਨਬੀ ਪਾਕ ਸੱਲ ਅਲੈਹਿ ਵਸੱਲਮ ਕੀ ਬਾਰਗਾਹ ਮੇ ਹਦੀਆਤਨ ਤੋਹਫਤਨ ਨਜ਼ਰਾਨਤਨ ਨਕੀਦਤਨ ਮੁਹੱਬਤਨ ਪੇਸ਼ ਕਰਤੇ ਹੈ ਮੇਰੇ ਮੌਲਾ ਕਬੂਲ ਫਰਮਾ ਸਹਾਬੇ ਕਿਰਾਮ ਤਾਬਈਨ ਤਬਾ ਤਾਬਈਨ ਗੌਸ ਵਲੀ ਕੁਤਬ ਅਬਦਾਲ ਤਮਾਮ ਕੀ ਬਾਰਗਾਹ ਮੇ ਦਰਜਾ ਬਦਰਜਾ ਪੇਸ਼ ਕਰਤੇ ਹੈ ਮੇਰੇ ਮੌਲਾ ਕਬੂਲ ਫਰਮਾ ਸ਼ੁਹਦਾਏ ਬਦਰ ਸ਼ੁਹਦਾਏ ਉਹ ਸ਼ੁਹਦਾਏ ਖੰਦਕ ਸ਼ੁਹਦਾਏ ਕਰਬਲਾ ਸ਼ੁਹਦਾਏ ਕਸ਼ਮੀਰ ਸ਼ੁਹਦਾਏ ਖਤਮੇ ਨਬੂਵਤ ਸ਼ੁਹਦਾਏ ਫਲਸਤੀਨ ਤਮਾਮ ਕੀ ਰੂਹ ਕੋ ਪੇਸ਼ ਕਰਤੇ ਹੈ ਮੇਰੇ ਮੌਲਾ ਕਬੂਲ ਮਨਜ਼ੂਰ ਫਰਮਾ ਭਾਈ ਮੁਹੰਮਦ ਹਮਜ਼ਾ ਸਾਹਿਬ ਕੇ ਅਹਿਲੇ ਖਾਨਾ ਮੇ ਸੇ ਜੋ ਅਜ਼ੀਜ਼ ਵ ਅਕਰਬਾ ਮੇ ਸੇ ਇਨਕੇ ਭਾਈ ਔਰ ਦੀਗਰ ਜਿਤਨੇ ਵੀ ਇਸ ਦਾਰੇ ਫਾਨੀ ਸੇ ਕੂਚ ਕਰ ਗਏ ਸਭ ਕੀ ਰੂਹ ਕੋ ਪੇਸ਼ ਕਰਤੇ ਹੈ ਕਬੂਲ ਮਨਜ਼ੂਰ ਫਰਮਾ ਯਾ ਅੱਲਾਹ ਹਮ ਜਿਤਨੇ ਤੇਰੀ ਬਾਰਗਾਹ ਮੇ ਹੱਥ ਉਠਾ ਕੇ ਬੈਠੇ ਹਮ ਮੇ ਸੇ ਜਿਸ ਕਿਸੀ ਕੇ ਭਾਈ ਸ਼ਾਹ ਸਾਹਿਬ ਭਾਈ ਜ਼ਾਹਦ ਸਾਹਿਬ ਔਰ ਭਾਈ ਵਕਾਸ ਸਾਹਿਬ ਯਾ ਅੱਲਾ ਇਨ ਤੀਨੋ ਭਾਈਓ ਕੀ ਰੂਹ ਕੋ ਪੇਸ਼ ਕਰਤੇ ਹੈ ਕਬੂਲ ਫਰਮਾ ਔਰ ਜੋ ਇਸ ਗਾਓਂ ਮੇ ਸਾਹਿਬ ਮਿਜ਼ਾਰ ਬਜ਼ੁਰਗ ਹੈ ਯਾ ਅੱਲਾ ਉਨਕੀ ਰੂਹ ਕੋ ਪੇਸ਼ ਕਰਤੇ ਹੈ ਕਬੂਲ ਓ ਮਨਜ਼ੂਰ ਫਰਮਾ ਯਾ ਅੱਲਾ ਹਮ ਜਿਤਨੇ ਤੇਰੀ ਬਾਰਗਾਹ ਮੇ ਹੱਥ ਉਠਾ ਕੇ ਬੈਠੇ ਹਮ ਮੇ ਸੇ ਜਿਸ ਕਿਸੀ ਕੇ ਅਜ਼ੀਜ਼ ਵ ਅਕਰਬਾ ਮਾਂ ਬਾਪ ਬਹਿਨ ਭਾਈ ਦੁਨੀਆ ਸੇ ਚਲੇ ਗਏ ਤਮਾਮ ਕੀ ਰੂਹ ਕੋ ਪੇਸ਼ ਕਰਤੇ ਹੈ ਕਬੂਲ ਫਰਮਾ ਹਮ ਸਭ ਕੋ ਆਖਰਤ ਕੋ ਯਾਦ ਰੱਖ ਕੇ ਆਖਰਤ ਕੀ ਤਿਆਰੀ ਕੀ ਤੋਫੀਕ ਅਤਾ ਫਰਮਾ ਨਿਮਾਦੇ ਪੰਗਾਨਾ ਕੀ ਪਾਬੰਦੀ ਕੀ ਤੋਫੀਕ ਅਤਾ ਫਰਮਾ ਕੁਰਾਨ ਮਜੀਦ ਕੋ ਸਹੀ ਮਾਨੋ ਮੇ ਪੜ੍ਹ ਕਰ ਅਮਲ ਕਰਨੇ ਕੀ ਤੋਫੀਕ ਅਤਾ ਫਰਮਾ ਆਖਰਤ ਕੋ ਯਾਦ ਰੱਖ ਕੇ ਆਖਰਤ ਕੀ ਤਿਆਰੀ ਕਰਨੇ ਕੀ ਤੋਫੀਕ ਅਤਾ ਫਰਮਾ ਯਾ ਪਰਵਰਦਿਗਾਰ ਆਲਮ ਭਾਈ ਮੁਹੰਮਦ ਹਮਜ਼ਾ ਸਾਹਿਬ ਕੀ ਸ਼ਾਦੀ ਕਾ ਆਗਾਜ਼ ਜ਼ਿਕਰ ਰਸੂਲ ਸੱਲ ਸੱਲਮ ਸੇ ਕੀਆ ਗਿਆ ਯਾ ਅੱਲਾ ਜ਼ਿਕਰ ਰਸੂਲ ਕਾ ਸਦਕਾ ਸ਼ਾਦੀ ਖਾਨਾ ਆਬਾਦੀ ਕੇ ਸਾਰੇ ਮਾਮਲਾਤ ਮੇ ਆਸਾਨੀਆਂ ਪੈਦਾ ਫਰਮਾ ਯਾ ਅੱਲਾ ਗੈਬ ਕੇ ਖਜ਼ਾਨੋ ਸੇ ਇਨਕੀ ਮਦਦ ਫਰਮਾ ਯਾ ਇਲਾਹੀ ਰਹਿਮ ਫਰਮਾ ਮੁਸਤਫਾ ਕੇ ਵਾਸਤੇ ਯਾ ਰਸੂਲ ਅੱਲਾ ਕਰਮ ਕੀਜੀਏ ਖੁਦਾ ਕੇ ਵਾਸਤੇ ਮੁਸ਼ਕਿਲੇ ਹੱਲ ਕਰ ਸ਼ਾਹੇ ਮੁਸ਼ਕਿਲ ਗੁਸ਼ਾ ਕੇ ਵਾਸਤੇ ਕਰਬਲਾ ਰਤ ਸ਼ਹੀਦੇ ਕਰਬਲਾ ਕੇ ਵਾਸਤੇ ਸੱਲੱਲਾਹੁ ਤਾਲਾ ਅਲਾ ਮੁਹੰਮਦ ਵਅਲਾ ਆਲਿਹੀ ਵਸਹਬਿਹੀ ਅਜਮਾਈਨ ਬਿਰਹਮਤਿਕ ਯਾ ਅਰਹਮਰ ਰਾਹਿਮੀਨ।